ਪੰਜਾਬ ਦਾ ਸਿੱਖਾਂ ਦੇ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਪਹਿਲਾ ਬੰਦਾ ਸੀ ਜਿਹਨੇ BA ਪਾਸ ਕੀਤੀ ਸੀ ਉਹਨਾਂ ਜ਼ਮਾਨੇ 'ਚ, ਤੇ BA ਪਾਸ ਕਰਕੇ ਤੇ ਉਹਨੇ ਫਿਰ ਪਹਿਲੀ ਵਾਰੀ ਪ੍ਰੋਫੈਸਰ ਉਹ ਲੱਗਿਆ ਸੀ ਉਸੇ ਕਾਲਜ 'ਚ ਜਿਹੜਾ ਲਾਹੌਰ ਦੇ ਵਿੱਚ ਅੰਗਰੇਜ਼ਾਂ ਨੇ ਖੋਲਿਆ ਸੀ। ਪ੍ਰੋਫੈਸਰ ਵੀ ਪਹਿਲਾਂ ਉਹੀ ਬਣਿਆ। ਜੇ ਕਿਤੇ ਮਰੇ ਬੰਦੇ ਨੂੰ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਪੜ੍ਹਾਉਂਦੇ ਸੀ ਨਾ, ਪਹਿਲਾਂ ਸੁਣਾ ਦਿੰਦੇ ਸੀ, ਮਰਿਆ ਹੋਇਆ ਬੰਦਾ ਜਿਉਂਦਾ ਹੋ ਜਾਂਦਾ ਸੀ। ਤੇ ਇਹ ਤਾਂ ਗੁਰੂ ਅੰਗਦ ਸਾਹਿਬ ਨੇ ਇਹਦਾ ਇੱਕ ਅੱਖਰ ਵਿੱਚੋਂ ਕੱਢ ਦਿੱਤਾ, ਇਹਦੀ ਤਾਂ ਤਾਕਤ ਘਟਾ ਦਿੱਤੀ, ਨਹੀਂ ਤਾਂ ਹਰੇਕ ਬੰਦੇ ਨੇ ਜਪਜੀ ਸਾਹਿਬ ਸੁਣ ਕੇ ਜਿਉਂਦੇ ਹੁੰਦਾ ਰਹਿਣਾ ਸੀ, ਅੱਜ ਕੋਈ ਵੀ ਨਹੀਂ ਸੀ ਮਰਨਾ। ਜੇ ਲੋਕਾਂ ਨੂੰ ਗਿਆਨ ਆ ਗਿਆ, ਅਕਲ ਆ ਗਈ, ਗੁਰਬਾਣੀ ਦੇ ਅਨੁਸਾਰ ਜ਼ਿੰਦਗੀ ਜਿਉਣ ਲੱਗ ਗਏ, ਤਾਂ ਸਾਧ ਸੰਤ ਦਾ ਸਾਰਾ ਬੋਰੀਆ ਬਿਸਤਰਾ ਗੋਲ ਹੋ ਜਾਊਗਾ, ਉਹਨੂੰ ਸੰਤ ਕੋਈ ਨਹੀਂ ਮੰਨੂਗਾ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਾਧ ਸੰਤ ਨਹੀਂ ਬਣਾਇਆ, ਬਲਕਿ ਸਿੱਖ ਅਤੇ ਭਾਈ ਭਾਈ ਬਣਾਇਆ, ਰਲ ਮਿਲ ਕੇ ਬੈਠਣ ਵਾਲਾ ਬਣਾਇਆ। ਹੁਣ ਤੁਸੀਂ ਆਪ ਦੇਖ ਲਓ, ਸਾਰੇ ਡੇਰਿਆਂ 'ਚ ਇਹ ਸਾਧ ਬਣੇ ਹੋਏ, ਸੰਤ ਬਣੇ ਹੋਏ, ਆਪਣੇ ਨਾਮ ਨਾਲ ਬ੍ਰਹਮ ਗਿਆਨੀ 108, 1008, ਕਿੰਨਾ ਕੁਝ ਡਿਗਰੀਆਂ ਆਪਣੇ ਨਾਮਾਂ ਨਾਲ ਇਹ ਲਾਉਂਦੇ ਨੇ, ਪਰ ਉੱਚੇ ਥਾਂ ਤੇ ਬੈਠਦੇ ਨੇ ਇਹ, ਤੇ ਸੰਗਤ ਨੀਵੇਂ ਥਾਂ ਤੇ ਬੈਠਦੀ ਹੈ, ਤੇ ਉਹ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ, ਜੇ ਉੱਥੇ ਹੈਗਾ ਉਹਨੂੰ ਤਾਂ ਟੇਕਦੀ ਟੇਕਦੇ ਨੇ, ਬਾਬੇ ਨੂੰ ਵੱਡਾ ਨੋਟ ਪੈਰਾਂ 'ਚ ਰੱਖ ਕੇ ਉਹ ਮੱਥਾ ਟੇਕਦੇ ਨੇ। ਜਾਂ ਮੈਨੂੰ ਕਹਿਣ ਲੱਗਿਆ, ਬਾਬਾ ਜੀ ਆਓ ਦੌੜ ਕੇ ਆਓ ਜਰਾ ਤੇਜ਼ੀ ਨਾਲ ਆਓ, ਹਾਂ ਕੀ ਹੋ ਗਿਆ? ਕਹਿੰਦਾ ਇੱਥੇ ਮਹਾਂਪੁਰਖਾਂ ਦੇ ਦਰਸ਼ਨ ਕਰਾਉਣਾ ਤੁਹਾਨੂੰ ਮੈਂ। ਇੱਕ ਸਾਧ ਕੋਲੇ ਮੈਨੂੰ ਘਸੀਟ ਕੇ ਲੈ ਗਿਆ, ਮੈਂ ਕਿਹਾ ਇੱਥੇ ਕੀ ਹੈ? ਆਹ ਬਾਬਾ ਜੀ ਮਹਾਂਪੁਰਖ ਨੇ, ਇਹ ਆਸ਼ੀਰਵਾਦ ਜੀ ਨੂੰ ਦੇ ਦੇਣ, ਉਹ ਤੰਦਰੁਸਤ ਸਭ ਕੁਝ ਠੀਕ ਹੋ ਜਾਂਦਾ। ਮੈਂ ਤੇਰਾ ਦਿਮਾਗ ਖਰਾਬ ਹੋਇਆ, ਸਾਹਿਬ ਤਾਂ ਆਪਣਾ ਇਲਾਜ ਕਰਾਉਣ ਆਇਆ ਡਾਕਟਰ ਕੋਲੇ ਬੈਠਾ, ਇਹ ਡਾਕਟਰ ਇਹਦਾ ਇਲਾਜ ਕਰਨ ਨੂੰ ਬੈਠੇ ਨੇ। ਜੇ ਇਹ ਆਸ਼ੀਰਵਾਦ ਦੇ ਕੇ ਲੋਕਾਂ ਨੂੰ ਠੀਕ ਕਰਦਾ ਤੇ ਆਪਣਾ ਹੱਥ ਆਪਣੇ ਸਿਰ ਤੇ ਰੱਖ ਲੈਂਦਾ ਤੇ ਆਪਣਾ ਬਿਮਾਰੀ ਆਪ ਦੂਰ ਕਰ ਲੈਂਦਾ, ਇੱਥੇ ਮਹਾਂ ਡਾਕਟਰਾਂ ਕੋਲੇ ਪੈਸੇ ਖਰਚਦਾ, ਇਹਨਾਂ ਦੀਆਂ ਮਿੰਨਤਾਂ ਕਰਦਾ, ਡਾਕਟਰ ਸਾਹਿਬ ਬਚਾ ਲਓ, ਡਾਕਟਰ ਸਾਹਿਬ ਬਚਾ ਲਓ, ਤੇ ਤੂੰ ਇਹ ਤੋਂ ਮੈਨੂੰ ਆਸ਼ੀਰਵਾਦ ਦਿਵਾਉਣਾ ਚਾਹੁੰਦਾ, ਤਾਂ ਲਾਹਣ ਤਾਂ ਤੈਨੂੰ ਹੈ, ਪੜ੍ਹੇ ਲਿਖੇ ਬੰਦੇ ਨੂੰ ਇੱਥੇ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਦੀ ਵੀ ਤੇਰੀ ਹਾਲਤ ਹੈ। ਮੈਂ ਤਾਂ ਇੱਥੋਂ ਗਲੀ ਦੇ ਵਿੱਚੋਂ ਦੀ, ਜਿਹੜੇ ਇਹੋ ਜਿਹੇ ਕੋਈ ਗੁੱਗੇ ਵਾਲਾ ਆ ਗਿਆ, ਕੋਈ ਗੁਰਦੁਆਰੇ ਵੱਲੋਂ ਆ ਗਿਆ, ਕੋਈ ਮੰਦਿਰ ਵੱਲੋਂ ਆ ਗਿਆ, ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਉਣ ਵਾਲੇ ਆ ਗਏ, ਜਦੋਂ ਆ ਕੇ ਕੁਝ ਉਗਰਾਹੀ ਨੂੰ ਗੱਲ ਕਰਦੇ ਨੇ, ਮੈਂ ਪਹਿਲੀ ਇਸ਼ਾਰਾ ਕਰ ਦੇਣਾ ਵੀ ਤੁਰਦੇ ਬਣੋ। ਮੈਂ ਜਾਣਦਾ ਕਿ ਮੈਂ ਪੈਸਾ ਆਪਣਾ ਕਿੱਥੇ ਖਰਚ ਕਰਨਾ, ਤੁਹਾਨੂੰ ਇੱਕ ਧੇਲਾ ਨਹੀਂ ਦੇਵਾਂਗਾ, ਤੁਸੀਂ ਵਿਹਲੜ ਲੋਕ ਆਮ ਲੋਕਾਂ ਨੂੰ ਲੁੱਟ ਕੇ ਉਹਨਾਂ ਦੀ ਕਮਾਈ ਤੇ ਪੜ ਰਹੇ ਹੋ, ਮੈਂ ਇਹ ਕੰਮ ਨਹੀਂ ਕਰਾਂਗਾ। ਪਿਆਰਿਓ, ਸਮਝਣ ਦਾ ਯਤਨ ਕਰੋ, ਇਹ ਪੁਜਾਰੀ ਤਬਕੇ ਨੂੰ ਅਸੀਂ ਇਹੋ ਜਿਹੇ ਬਣਾਇਆ, ਉਹਨਾਂ ਨੇ ਸਾਨੂੰ ਬੇਅਕਲ ਬਣਾ ਦਿੱਤਾ, ਅਸੀਂ ਉਹਨਾਂ ਨੂੰ ਅਕਲ ਦੀ ਘਾਟ ਦੇ ਕਾਰਨ ਮਾਲਾ ਮਾਲ ਬਣਾ ਦਿੱਤਾ। ਇੱਕ ਮੋਟੀ ਜੀ ਸਿੱਧੀ ਜੀ ਗੱਲ ਹੈ ਕਿ ਜੇ ਗਧੇ ਨੂੰ ਅਕਲ ਆ ਗਈ ਤਾਂ ਭਲਾ ਦੂਜਿਆਂ ਦਾ ਭਾਰ ਫਿਰ ਉਹ ਕਿਉਂ ਢੋਵੇਗਾ। ਸਤਿ ਸ੍ਰੀ ਅਕਾਲ, ਪੁਆਧਰ TV ਦੇਖ ਰਹੇ ਹੋ ਤੁਸੀਂ, ਮੈਂ ਧਨਵੰਤ ਸਿੰਘ ਕੁਮਾਰ। ਅੱਜ ਤੱਕ ਅਸੀਂ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਇਸ ਤਰ੍ਹਾਂ ਦੀਆਂ ਪੜ੍ਹਦੇ ਰਹੇ, ਉਚਾਰਦੇ ਰਹੇ ਔਰ ਸੁਣਦੇ ਰਹੇ, ਜਿਹੜੀਆਂ ਨੂੰ ਅਸੀਂ ਗੁਰਬਾਣੀ ਸਮਝੀ ਬੈਠੇ ਹਾਂ, ਪਰ ਅਸਲ ਕੇ ਵਿੱਚ ਉਹ ਗੁਰਬਾਣੀ ਹੈ ਹੀ ਨਹੀਂ। ਬਹੁਤ ਸਾਰੇ ਅਜਿਹੇ ਸ਼ਬਦ ਜਿਹੜੇ ਕਿ ਮਨ ਨੂੰ ਗੁਰਬਾਣੀ ਹੋਣ ਕਾ ਭੁਲੇਖਾ ਪਾਵਾਂ, ਬੜੀਆਂ ਬੜੀਆਂ ਸਟੇਜਾਂ ਪਰ ਤੇ ਗੁਰਬਾਣੀ ਨੂੰ ਸੁਣਾਉਣ ਵਾਲੇ ਵਿਦਵਾਨ ਆ ਜਿਹੜੇ ਮਾਰੇ ਸਿੱਖ ਧਰਮ ਦੇ ਪ੍ਰਚਾਰਕ ਆ, ਉਹ ਵੀ ਇਹਨਾਂ ਤੁਕਾਂ ਨੂੰ ਬਹੁਤ ਸ਼ਰਧਾ ਦੇ ਨਾਲ ਉਚਾਰਾਂ, ਪਰ ਅਸਲ ਕੇ ਵਿੱਚ ਉਹ ਬਾਣੀ ਆ ਜਿਹੜੀ ਉਹ ਗੁਰਬਾਣੀ ਕਹਿ ਰਹੇ ਹਾਂ, ਜਿਹਨੂੰ ਆਪਾਂ ਗੁਰਬਾਣੀ ਸਮਝ ਕੇ ਜਿਸ ਨੂੰ ਆਪਾਂ ਪੜ੍ਹ ਰਹੇ ਹਾਂ, ਸ਼ਰਧਾ ਬਸ ਪੜ੍ਹ ਰਹੇ ਹਾਂ, ਉਹ ਗੁਰਬਾਣੀ ਹੈ ਹੀ ਨਹੀਂ। ਸੋ ਕਿਸ ਤਰ੍ਹਾਂ ਫਿਰ ਗੁਰਬਾਣੀ ਦੇ ਵਿੱਚ ਮਿਕਸ ਅਪ ਹੋਇਆ ਇਹਨਾਂ ਤੁਕਾਂ ਦਾ, ਕਿਸ ਤਰ੍ਹਾਂ ਜੋ ਤੁਕਾਂ ਕਿਹਨੇ ਮਿਕਸ ਕਰੀਆਂ, ਜਾਂ ਕੀ ਮਕਸਦ ਤਾਂ ਇਹਨਾਂ ਤੁਕਾਂ ਨੂੰ ਗੁਰਬਾਣੀ ਦੇ ਵਿੱਚ ਮਿਕਸ ਕਰਨ ਦਾ, ਇਹਨਾਂ ਸਾਰੇ ਸਵਾਲਾਂ ਕੇ ਅੱਜ ਜਵਾਬ ਲਵਾਂਗੇ। ਸੋ ਮਾਰੀ ਗੱਲ, ਹਰ ਵਾਰ ਕੀ ਤਰ੍ਹਾਂ ਪ੍ਰੋਫੈਸਰ ਘੱਗਾ ਜੀ ਮੌਜੂਦ ਆ, ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦਾ ਸਵਾਗਤ ਕਰ ਲਈ। ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਪ੍ਰੋਫੈਸਰ ਸਾਹਿਬ, ਬਹੁਤ ਸਾਰੀਆਂ ਗੁਰਬਾਣੀ ਕੇ ਭੁਲੇਖਾ ਪਾਉਣ ਵਾਲੀਆਂ ਤੁਕਾਂ,
ਜਿਹੜੀਆਂ ਕਿ ਮੈਂ ਨੂੰ ਲੱਗਾ ਵੀ ਗੁਰਬਾਣੀ ਆ, ਅਸਲ ਕੀ ਵਿੱਚ ਉਹ ਗੁਰਬਾਣੀ ਹੈ ਨਹੀਂ। ਜਿਸ ਤਰ੍ਹਾਂ ਕਿ ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਤਾਤੀ ਪਾਓ, ਆਮ ਕਰਕੇ ਪੰਜਾਬ ਕੇ ਪਿੰਡਾਂ ਦੇ ਵਿੱਚ ਟਰਾਲੀਆਂ ਦੇ ਉੱਪਰ ਲਿਖਿਆ ਵਾ ਹੋਆ, ਮਤਲਬ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਪਰ ਜੋ ਤੁਕਾਂ ਗੁਰਬਾਣੀ ਕੀਆਂ ਨਹੀਂ ਹੈਗੀਆਂ, ਫਿਰ ਗੁਰਬਾਣੀ ਕਿਆ ਨਹੀਂ ਜੇ, ਤਾਂ ਫਿਰ ਲੋਕ ਇਹਨਾਂ ਨੂੰ ਗੁਰਬਾਣੀ ਕਿਸ ਤਰ੍ਹਾਂ ਸਮਝ ਬੈਠੇ, ਕਿਸ ਤਰ੍ਹਾਂ ਮਾਰੇ ਮਨਾਂ ਦੇ ਵਿੱਚ ਜੋ ਇੰਨੀ ਜ਼ਿਆਦਾ ਡੂੰਘਾਈ ਕੇ ਨਾਲ ਵਸਾ ਦੀਆਂ ਗਈਆਂ ਕਿ ਮਨ ਨੂੰ ਗੁਰਬਾਣੀ ਲੱਗਣ ਲੱਗ ਪਈ, ਕਿ ਉਹ ਸਾਰਾ ਕੁਛ ਕਿਸ ਤਰ੍ਹਾਂ ਵਾਪਰਿਆ। ਇਹਦਾ ਕਾਰਨ ਹੈ ਜੀ, ਇੱਕ ਤਾਂ ਜਦੋਂ ਗੁਰਬਾਣੀ ਲਿਖੀ ਗਈ ਹੈ ਉਦੋਂ ਆਪਾਂ ਪਿੱਛੇ ਅੱਜ ਤੋਂ 550 ਸਾਲ ਪਹਿਲਾਂ ਦੇ ਹਾਲਾਤਾਂ ਬਾਰੇ ਮਨ 'ਚ ਆਪਾਂ ਵਿਚਾਰ ਲਈਏ ਕਿ ਕਿੰਨੀ ਅਨਪੜ੍ਹਤਾ ਸੀ ਉਦੋਂ, ਸਕੂਲ ਕਾਲਜ ਦਾ ਨਾਮੋ ਨਿਸ਼ਾਨ ਨਹੀਂ ਸੀ, ਤੇ ਜਿਹੜੀ ਬਾਣੀ ਗੁਰੂ ਸਾਹਿਬ ਨੇ ਲਿਖ ਲਈ ਉਹ ਕਾਗਜ਼ ਦਾ ਪ੍ਰਬੰਧ ਕਰਨਾ ਵੀ ਬਹੁਤ ਔਖਾ ਸੀ, ਸ਼ਾਹੀ ਦਾ ਪ੍ਰਬੰਧ ਕਰਨਾ ਵੀ ਔਖਾ ਸੀ, ਚਲੋ ਜਦੋਂ ਲਿਖੀ ਲਈ ਉਹਨੂੰ ਸਾਂਭ ਕੇ ਰੱਖਣ ਦਾ ਵੀ ਪ੍ਰਬੰਧ ਬਹੁਤ ਔਖਾ ਸੀ, ਤੇ ਜਿਹੜੇ ਅਨਪੜ੍ਹ ਲੋਕ ਮੂਰਖ ਲੋਕ ਨੇ ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਵੀ ਇਹਨਾਂ ਪੋਥੀਆਂ ਦੀ, ਇਹਨਾਂ ਕਾਗਜ਼ਾਂ ਦੀ ਕਿੰਨੀ ਕੀਮਤ ਹੈ, ਇਹਨਾਂ 'ਚ ਕੀ ਲਿਖਿਆ ਹੋਇਆ, ਤੇ ਇਹਨਾਂ ਨੂੰ ਸਾਂਭ ਕੇ ਵੀ ਸਾਡੇ ਤੱਕ ਗੁਰੂ ਸਾਹਿਬ ਨੇ ਪਹੁੰਚਾਤਾ, ਇਹ ਉਹਨਾਂ ਦਾ ਬਹੁਤ ਵੱਡਾ ਪਰ ਉਪਕਾਰ ਹੈ ਜਿਹੜਾ ਏਡਾ ਵੱਡਾ ਖਜ਼ਾਨਾ ਸਾਡੇ ਤੱਕ ਪਹੁੰਚਦਾ ਕਰਤਾ। ਪਰ ਉਦੋਂ ਜਿਹੜੀ ਇੱਕ ਅੱਧੀ ਪੰਕਤੀ ਲੈ ਕੇ ਅਨਪੜ੍ਹਤਾ ਦੇ ਕਾਰਨ ਕੋਈ ਵੀ ਬੰਦਾ ਕਹਿੰਦਾ ਸੀ ਲੋਕਾਂ ਨੂੰ ਇਹ ਗੁਰਬਾਣੀ ਹੈ, ਹੁਣ ਉਹਨਾਂ ਨੇ ਕਿਹੜਾ ਵਿਚਾਰੇ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਉਹਨਾਂ ਨੂੰ ਕੀ ਪਤਾ ਵੀ ਗੁਰਬਾਣੀ ਹੈ ਕਿ ਨਹੀਂ ਹੈ, ਤੇ ਉਹਨਾਂ ਨੇ ਉਸੇ ਨੂੰ ਗੁਰਬਾਣੀ ਮੰਨ ਲੈਣਾ। ਇੱਕ ਜਿਹੜੀ ਕਿ ਮੈਂ ਆਸ਼ਾਵਾਦੀ ਗੱਲ ਬਹੁਤ ਕਮਾਲ ਦੀ ਪਹਿਲਾਂ ਸੁਣੀ ਸੀ ਬਜ਼ੁਰਗਾਂ ਤੋਂ ਅਤੇ ਪੜ੍ਹੀ ਸੀ, ਗੱਲ ਇਹ ਹੋਈ ਮੈਂ ਪਿੰਡ ਰਹਿੰਦਾ ਸੀ ਜਦੋਂ, ਅੱਜ ਤੋਂ ਤਕਰੀਬਨ 60-65 ਸਾਲ ਪਹਿਲਾਂ ਦੀ ਗੱਲ ਮੈਂ ਦੱਸਣ ਲੱਗਿਆ ਕਿ ਕੁਛ ਭਗਵੇਂ ਕੱਪੜਿਆਂ ਵਾਲੇ ਸਾਧੂ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ 15-16 ਦਿਨ ਪਹਿਲਾਂ ਸ਼ੁਰੂ ਕਰਦੇ ਸੀ ਗੁਰੂ ਨਾਨਕ ਸਾਹਿਬ ਦੇ ਜਨਮ ਦੀਆਂ, ਉਹ ਆਪਣੇ ਵੱਲੋਂ ਉਹ ਬਾਣੀ ਪੜ੍ਹਦੇ ਸੀ, ਪਰ ਬਾਣੀ ਤਾਂ ਨਹੀਂ ਸੀ, ਪਰ ਉਹ ਤੁਕਾਂ ਲੈ ਕੇ ਇਸ ਤਰ੍ਹਾਂ ਦੀਆਂ ਕੱਛੀਆਂ ਪਿੱਲੀਆਂ, ਉਹ ਬਾਬਰ ਆ ਗਿਆ ਬਾਬਰ ਆ ਗਿਆ ਬਈ ਲੁੱਟੇ ਜਾਓਗੇ ਉਹ ਲੋਕੋ ਬਾਬਰ ਆ ਗਿਆ, ਇਸ ਤਰ੍ਹਾਂ ਆਪਣੀ ਮਰਜ਼ੀ ਦੀਆਂ ਪੰਕਤੀਆਂ ਜੋੜ ਲੈਂਦੇ ਸੀ, ਤੇ ਉਹ 15 ਦਿਨ ਇਸ ਤਰ੍ਹਾਂ ਕੁਝ ਕੁਝ ਗਾ ਕੇ ਤੇ ਬਾਅਦ ਦੇ ਵਿੱਚ ਲੋਕਾਂ ਤੋਂ ਅੰਨਦਾਣਾ ਇਕੱਠਾ ਕਰਦੇ ਸੀ, ਜਿੰਨਾ ਕਿਸੇ ਨੇ ਖੁਸ਼ੀ ਨਾਲ ਦੇਤਾ ਉਹ ਲੈ ਕੇ ਚਲੇ ਜਾਂਦੇ ਸੀ। ਮੈਂ ਇੱਕ ਵਾਰੀ ਸਾਡੇ ਦਾਦਾ ਜੀ ਤੋਂ ਪੁੱਛਿਆ, ਮੈਂ ਕਿਹਾ ਦਾਦਾ ਜੀ ਇਹ ਦੱਸੋ ਇਹਨਾਂ ਨੂੰ ਆਪਾਂ ਦਾਣੇ ਕਿਉਂ ਦਿੰਦੇ ਹਾਂ, ਇਹ ਕੌਣ ਲੋਕ ਨੇ, ਤੁਹਾਨੂੰ ਪਤਾ ਕੁਛ? ਕਹਿਣ ਲੱਗਿਆ ਬੇਟਾ ਜਦੋਂ ਬਾਬਰ ਦਾ ਹਮਲਾ ਹੋਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹੋ ਜਿਹੇ ਲੋਕਾਂ ਨੂੰ, ਇਹ ਤਾਂ ਨਹੀਂ ਸੀ ਪਰ ਇਹਨਾਂ ਤੋਂ ਪਹਿਲਾਂ ਵਾਲੇ ਕੁਝ ਉਹਨਾਂ ਦੇ ਹਮਾਇਤੀ ਲੋਕਾਂ ਨੂੰ ਕਿਹਾ ਕਿ ਪਿੰਡ ਪਿੰਡ ਦੇ ਵਿੱਚ ਜਾ ਕੇ ਹੋਕਾ ਦਿਓ ਬਾਬਰ ਦਾ ਹਮਲਾ ਹੋ ਗਿਆ ਤੇ ਲੋਕਾਂ ਨੂੰ ਜਗਾਓ, ਤਿਆਰ ਕਰੋ, ਤੁਹਾਡੇ ਘਰ ਲੁੱਟੇ ਜਾਣਗੇ। ਇਹ ਉਦੋਂ ਤਾਂ ਲੋਕਾਂ ਨੂੰ ਜਗਾਉਣ ਵਾਲੀ ਰਵਾਇਤ ਠੀਕ ਸੀ ਕਿਉਂਕਿ ਅਨਪੜ੍ਹਤਾ ਸੀ, ਪਤਾ ਨਹੀਂ ਸੀ, ਤੇ ਹੁਣ ਇਹਨਾਂ ਨੇ ਖਾਣ ਪੀਣ ਦਾ ਮਸਲਾ ਬਣਾ ਲਿਆ, ਲੋਕਾਂ ਤੋਂ ਅੰਨਦਾਣਾ ਇਕੱਠਾ ਕਰ ਲੈਂਦੇ ਨੇ। ਜੇ ਅੱਜ ਵੀ ਇਹ ਗੁਰਮਤ ਦਾ ਗੁਰਬਾਣੀ ਦਾ ਕੁਝ ਚੰਗਾ ਪ੍ਰਚਾਰ ਕਰਦੇ ਫਿਰ ਤਾਂ ਇਹਨਾਂ ਦਾ ਧੰਨਵਾਦ ਸੀ, ਹੁਣ ਤਾਂ ਇਸ ਤਰ੍ਹਾਂ ਦੀਆਂ ਤੁਕਾਂ ਪੜ੍ਹਦੇ ਨੇ ਤੇ ਫਿਰ ਅੰਨਦਾਣਾ ਇਕੱਠਾ ਕਰਕੇ ਤੁਰਦੇ ਹੁੰਦੇ ਨੇ ਤੇ ਮੁੜ ਕੇ ਇਹ ਸਾਲ ਭਰ ਕਿਤੇ ਨਹੀਂ ਦਿਸਦੇ ਹਨ ਸਾਨੂੰ। ਤੋ ਉਦੋਂ ਮੈਨੂੰ ਲੱਗਿਆ ਵੀ ਅਨਪੜ੍ਹਤਾ ਦੇ ਕਾਰਨ ਹੋਰ ਵੀ ਬਹੁਤ ਕੁਝ ਇਹੋ ਜਿਹਾ ਆਇਆ ਜਿਵੇਂ ਤੁਸੀਂ ਹੁਣੇ ਇਹ ਵਿਚਾਰਾਂ ਕੀਤੀਆਂ ਨੇ। ਹੁਣ ਅਨਪੜ੍ਹਤਾ ਦੇ ਕਾਰਨ ਤਾਂ ਇਹ ਗੱਲਾਂ ਚੱਲ ਗਈਆਂ, ਫਰਜ਼ ਬਣਦਾ ਸੀ ਪੜ੍ਹੇ ਲਿਖੇ ਵੀਰਾਂ ਦਾ, ਵਿਦਵਾਨਾਂ ਦਾ, ਸ਼੍ਰੋਮਣੀ ਕਮੇਟੀ ਦਾ ਕਿ ਇਹਨਾਂ ਤੁਕਾਂ ਦਾ ਜਿਹੜਾ ਕੀਰਤਨ ਦੀ ਕਰਨ ਦੀ ਥਾਂ ਤੇ, ਹਰ ਰੋਜ਼ ਇਹਨਾਂ ਦੀ ਵਰਤੋਂ ਕਰਨ ਦੀ ਥਾਂ ਤੇ ਅਸਲੀ ਸੌਖੀਆਂ ਪੰਕਤੀਆਂ ਗੁਰਬਾਣੀ ਦੀਆਂ ਸਾਡੇ ਸਾਹਮਣੇ ਲਿਆਉਂਦੇ, ਉਹਨਾਂ ਦਾ ਪ੍ਰਚਾਰ ਕਰਦੇ, ਨਿੱਕੇ ਨਿੱਕੇ ਗੁਟਕੇ ਪੰਪਲੇਟ ਵੰਡ ਕੇ ਉਹ ਲੋਕਾਂ ਨੂੰ ਜਾਗਰੂਕ ਕਰਦੇ, ਤੇ ਤਾਂ ਸਾਨੂੰ ਇਹ ਹੌਲੀ ਹੌਲੀ ਪੰਕਤੀਆਂ ਫਿਰ ਜਿਹੜੀਆਂ ਗੁਰਬਾਣੀ ਵਾਲੀਆਂ ਨੇ ਉਹ ਯਾਦ ਹੋਣੀਆਂ ਸ਼ੁਰੂ ਹੋ ਜਾਂਦੀਆਂ, ਪਰ ਉਹ ਸਾਨੂੰ ਦੱਸਿਆ ਨਹੀਂ ਗਿਆ ਤੇ ਇਹ ਸਾਡੇ ਦਿਮਾਗ 'ਚ ਬੈਠ ਗਈਆਂ। ਤੇ ਫਿਰ ਹੁਣ ਇਹ ਨਹੀਂ, ਜਦੋਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਹੁਤ ਸਾਰੇ ਸਾਧਾਂ ਦੇ ਟੋਲੇ ਪੰਜਾਬ ਦੇ ਵਿੱਚ ਫੈਲ ਗਏ,
ਤੇ ਉਹਨਾਂ ਨੇ ਆਪਣੀਆਂ ਵੱਖਰੀਆਂ ਮਰਿਆਦਾਵਾਂ ਵੱਖਰੀਆਂ ਗੱਦੀਆਂ ਲਾ ਲਈਆਂ। ਉਹਨਾਂ ਨੂੰ ਵੀ ਅਨਪੜ੍ਹਤਾ ਦੇ ਕਾਰਨ ਤੇ ਇੱਕ ਸੰਗਤ ਵੀ ਅਨਪੜ੍ਹ ਹੈ, ਉਹਨਾਂ ਨੂੰ ਵੀ ਗੁਰਬਾਣੀ ਦਾ ਬਹੁਤਾ ਨਹੀਂ ਸੀ ਪਤਾ ਸਾਧਾਂ ਨੂੰ, ਉਹਨਾਂ ਨੇ ਗੁਰਬਾਣੀ ਦੀ ਕੋਈ ਪੰਗਤੀ ਆਧਾਰ ਬਣਾ ਕੇ ਅੱਧਾ ਹਿੱਸਾ ਆਪਣੀ ਕਵਿਤਾ ਵਿੱਚ ਜੋੜ ਕੇ ਉਹਨਾਂ ਨੂੰ ਧਾਰਨਾ ਬਣਾ ਕੇ ਸਟੇਜਾਂ ਦੇ ਉੱਤੇ ਗਾਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਕਹਾਉਂਦੇ ਵੱਡੇ ਵੱਡੇ ਸੰਤ ਜਿਹੜੇ ਅਖਵਾਉਂਦੇ ਸੀ ਆਪਣੇ ਆਪ ਨੂੰ, ਉਹ ਵੀ ਕੱਚੀਆਂ ਧਾਰਨਾਵਾਂ ਗਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸੀ ਤੇ ਲੋਕ ਵਿਚਾਰੇ ਝੂਮ ਝੂਮ ਕੇ ਸੁਣੀ ਜਾਂਦੇ ਸੀ, ਹਾਂ ਬਾਬਾ ਜੀ ਨੇ ਕੀਰਤਨ ਬਹੁਤ ਵਧੀਆ ਕੀਤਾ ਤੇ ਵਿੱਚ ਇੱਕ ਅੱਧੀ ਸਾਖੀ ਸੁਣਾ ਦੇਣੀ। ਤੋ ਇਹ ਸਾਰਾ ਕੁਝ ਪ੍ਰਚਲਿਤ ਹੁੰਦਾ ਗਿਆ। ਤੇ ਮੈਂ ਤਾਂ ਇਹ ਵੀ ਦੇਖਿਆ ਕਿਤਾਬਾਂ ਚ ਪੜ੍ਹਿਆ ਕਿ ਜਦੋਂ ਪਹਿਲੀ ਵਾਰੀ ਗੋਰਿਆਂ ਨੇ ਇੱਥੇ ਗੁਰਮਤਿ ਦੀ ਪੜ੍ਹਾਈ ਬਾਰੇ ਜਾਂ ਗਿਆਨੀ ਦੀ ਪੜ੍ਹਾਈ ਬਾਰੇ ਯਤਨ ਕੀਤਾ, ਲਾਹੌਰ ਉਹਨਾਂ ਨੇ ਕਾਲਜ ਖੋਲਿਆ ਉਸ ਕਾਲਜ ਦੇ ਵਿੱਚ, ਤੇ ਗੁਰਮਤਿ ਬਾਰੇ ਪੰਜਾਬੀ ਬਾਰੇ ਪੜ੍ਹਾਉਣ ਵਾਸਤੇ ਤੇ ਪ੍ਰਬੰਧ ਕੀ ਹੈ, ਸਿਲੇਬਸ ਕੀ ਹੈ, ਕੋਈ ਪਤਾ ਨਹੀਂ ਕਿਸੇ ਨੂੰ। ਤੇ ਉਦੋਂ ਇੱਕ ਇਹ ਕਹਿ ਲਈਏ ਪੰਜਾਬ ਦਾ ਸਿੱਖਾਂ ਦੇ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਪਹਿਲਾ ਬੰਦਾ ਸੀ ਜਿਹਨੇ ਬੀ ਏ ਪਾਸ ਕੀਤੀ ਸੀ ਉਹਨਾਂ ਜ਼ਮਾਨੇ 'ਚ, ਤੇ ਬੀ ਏ ਪਾਸ ਕਰਕੇ ਤੇ ਉਹਨੇ ਫਿਰ ਪਹਿਲੀ ਵਾਰੀ ਪ੍ਰੋਫੈਸਰ ਉਹ ਲੱਗਿਆ ਸੀ ਉਸੇ ਕਾਲਜ 'ਚ ਜਿਹੜਾ ਲਾਹੌਰ ਦੇ ਵਿੱਚ ਅੰਗਰੇਜ਼ਾਂ ਨੇ ਖੋਲਿਆ ਸੀ, ਪ੍ਰੋਫੈਸਰ ਵੀ ਪਹਿਲਾਂ ਉਹੀ ਬਣਿਆ। ਫਿਰ ਜਦੋਂ ਉਹਨੇ ਮੰਗ ਰੱਖੀ ਅੰਗਰੇਜ਼ ਪ੍ਰਿੰਸੀਪਲ ਕੋਲੇ ਕਿ ਜੀ ਸਾਡਾ ਸਿੱਖਾਂ ਦੀ ਪੜ੍ਹਾਈ ਬਾਰੇ ਵੀ ਕੋਈ ਪ੍ਰਬੰਧ ਕਰੋ, ਉਹ ਕਹਿਣ ਲੱਗਿਆ ਫਿਰ ਸਾਨੂੰ ਸਿਲੇਬਸ ਬਣਾ ਕੇ ਦੇ ਦੇ, ਤੂੰ ਸਿਲੇਬਸ ਤਾਂ ਕੋਈ ਹੈ ਨਹੀਂ ਤੁਹਾਡਾ, ਅਸੀਂ ਕੀ ਪੜ੍ਹਾਈਏ ਦੱਸੋ। ਉਹਨੇ ਫਿਰ ਪਹਿਲੀ ਵਾਰੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਕੁਛ ਗੁਰਬਾਣੀ ਦੇ ਹਿੱਸੇ ਲੈ ਕੇ, ਭਾਈ ਗੁਰਦਾਸ ਦੀਆਂ ਵਾਰਾਂ ਚੋਂ ਹਿੱਸੇ ਲੈ ਕੇ, ਕੁਝ ਜਿਹੜਾ ਉਹਨੂੰ ਠੀਕ ਲੱਗਿਆ ਇਤਿਹਾਸ ਲੈ ਕੇ ਉਹਨੇ ਉਹਨਾਂ ਕੋਲੇ ਉਹ ਸਿਲੇਬਸ ਰੱਖਿਆ ਤੇ ਸਿਲੇਬਸ ਉਹਨੂੰ ਗਿਆਨੀ ਦਾ ਸਿਲੇਬਸ ਕਰਕੇ ਉੱਥੋਂ ਲਾਹੌਰ ਤੋਂ ਪਹਿਲੀ ਵਾਰੀ ਚਾਲੂ ਕੀਤਾ ਗਿਆ। ਤੇ ਅੱਜ ਤਾਂ ਗਿਆਨੀ ਕਰਨ ਵਾਲਿਆਂ ਨੂੰ ਹੀਰ ਰਾਂਝੇ ਦੀ ਗਿਆਨੀ, ਸੱਸੀ ਪੁੰਨੂ ਦੀ ਗਿਆਨੀ, ਮਿਰਜ਼ਾ ਸਾਹਿਬਾਂ ਦੀ ਗਿਆਨੀ, ਹੁਣ ਤਾਂ ਇਹ ਗਿਆਨੀਆਂ ਹੋ ਰਹੀਆਂ ਨੇ। ਪਹਿਲਾਂ ਗਿਆਨੀ ਪਾਸ ਨੂੰ ਵੀ ਗੁਰਬਾਣੀ ਦੀ ਗਿਆਨੀ ਕਰਵਾਈ ਜਾਂਦੀ ਸੀ, ਭਾਈ ਗੁਰਦਾਸ ਦੀ ਰਚਨਾ ਪੜ੍ਹਾ ਕੇ ਉਹਨਾਂ ਨੂੰ ਗਿਆਨ ਦਿੱਤਾ ਜਾਂਦਾ ਸੀ, ਉਹਨੂੰ ਗਿਆਨੀ ਕਹਿੰਦੇ ਸੀ। ਅੱਜ ਤਾਂ ਜਿਹੜੀਆਂ ਚੀਜ਼ਾਂ ਸਾਡੇ ਕਿਸੇ ਕੰਮ ਨਹੀਂ ਆਉਂਦੀਆਂ, ਸਗੋਂ ਸਾਡੇ ਬੱਚਿਆਂ ਨੂੰ ਕੁਰਾਹੇ ਪਾਉਂਦੀਆਂ ਨੇ, ਉਹਨਾਂ ਤੇ ਗਿਆਨੀ ਕਰਵਾਈ ਜਾ ਰਹੀ ਹੈ। ਕਹਿਣ ਨੂੰ ਤਾਂ ਉਹ ਗਿਆਨੀ ਹੋ ਜਾਂਦਾ ਪਰ ਹੋ ਜਾਂਦਾ ਅਗਿਆਨੀ, ਭਾਵ ਕਿ ਹੋਰ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ। ਤੋ ਇਹ ਚੀਜ਼ਾਂ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ, 125 ਸਾਲ ਹੋ ਗਏ ਲਗਭਗ ਸ਼੍ਰੋਮਣੀ ਕਮੇਟੀ ਨੂੰ ਬਣੀ ਨੂੰ, ਤੇ ਉਹਨਾਂ ਨੇ ਸਕੂਲਾਂ 'ਚ ਕਾਲਜਾਂ 'ਚ ਅੱਜ ਤੱਕ ਆਪਣਾ ਕੋਈ ਵਧੀਆ ਸਿਲੇਬਸ ਜਿਹੜਾ ਬਣਾ ਕੇ ਪੇਸ਼ ਨਹੀਂ ਕੀਤਾ। ਜੇ ਸਰਕਾਰ ਨਹੀਂ ਵੀ ਮੰਨਦੀ ਮੰਨ ਲੈਣੇ ਆ, ਪਰ ਆਪਣੇ ਸਕੂਲ ਖੋਲ੍ਹ ਕੇ ਆਪਣੇ ਕਾਲਜ ਖੋਲ੍ਹ ਕੇ ਤਾਂ ਇਹ ਸਿਲੇਬਸ ਬਣਾ ਕੇ ਲੋਕਾਂ ਨੂੰ ਗਿਆਨ ਦੇ ਸਕਦੇ ਸੀ, ਪਰ ਇਹਨਾਂ ਨੇ ਉਹ ਵੀ ਨਹੀਂ ਕੀਤਾ। ਹੁਣ ਲੋਕ ਵਿਚਾਰੇ ਜਿਹੜਾ ਕੋਈ ਮਰਜ਼ੀ ਸਾਹਮਣੇ ਆਉਂਦਾ, ਕੋਈ ਕੁਝ ਕਹਿ ਦੇਵੇ, ਉਹੀ ਸੁਣ ਲੈਂਦੇ ਨੇ। ਇੱਥੋਂ ਤੱਕ ਮੇਰੇ ਫਾਦਰ ਇਨਲਾ ਉਹ ਵਿਚਾਰੇ ਸਾਧਾਂ ਦੇ ਜਿਹੜੇ ਕੁਝ ਪ੍ਰਭਾਵ ਥੱਲੇ ਜ਼ਿਆਦਾ ਸੀ, ਇੱਕ ਵਾਰੀ ਮੇਰੇ ਕੋਲ ਆ ਗਏ ਘੱਗੇ ਪਿੰਡ, ਆ ਕੇ ਮੈਂ ਉਹਨਾਂ ਨੂੰ ਕੁਝ ਗੁਰਬਾਣੀ ਪੜ੍ਹ ਕੇ ਕੁਝ ਅਰਥ ਕਰਕੇ ਗੱਲਾਂ ਕਰਨ ਲੱਗ ਪਿਆ, ਸੁਣਾਉਣ ਲੱਗ ਪਿਆ। ਉਹ ਕਹਿਣ ਲੱਗੇ ਮੈਨੂੰ, ਕਹਿਣ ਲੱਗੇ ਤੂੰ ਜਿਹੜੀਆਂ ਬਾਕੀ ਤਾਂ ਗੱਲਾਂ ਠੀਕ ਕਰਦਾ, ਪਰ ਜਪਜੀ ਸਾਹਿਬ ਬਾਰੇ ਤੈਨੂੰ ਇੱਕ ਗੱਲ ਦਾ ਪਤਾ ਨਹੀਂ ਹੈ। ਬਖਾਂ ਫਿਰ ਬਾਪੂ ਜੀ ਦੱਸੋ ਕੀ ਗੱਲ ਹੈ। ਕਹਿਣ ਲੱਗਿਆ ਜਪਜੀ ਸਾਹਿਬ ਨੂੰ ਜੇ ਕਿਤੇ ਮਰੇ ਬੰਦੇ ਨੂੰ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਪੜ੍ਹਾਉਂਦੇ ਸੀ ਨਾ, ਪਹਿਲਾਂ ਸੁਣਾ ਦਿੰਦੇ ਸੀ, ਮਰਿਆ ਹੋਇਆ ਬੰਦਾ ਜਿਉਂਦਾ ਹੋ ਜਾਂਦਾ ਸੀ। ਤੇ ਇਹ ਤਾਂ ਗੁਰੂ ਅੰਗਦ ਸਾਹਿਬ ਨੇ ਇਹਦਾ ਇੱਕ ਅੱਖਰ ਵਿੱਚੋਂ ਕੱਢ ਦਿੱਤਾ, ਇਹਦੀ ਤਾਂ ਤਾਕਤ ਘਟਾ ਦਿੱਤੀ, ਨਹੀਂ ਤਾਂ ਹਰੇਕ ਬੰਦੇ ਨੇ ਜਪਜੀ ਸਾਹਿਬ ਸੁਣ ਕੇ ਜਿਉਂਦੇ ਹੁੰਦਾ ਰਹਿਣਾ ਸੀ, ਅੱਜ ਕੋਈ ਵੀ ਨਹੀਂ ਸੀ ਮਰਨਾ। ਮੈਂ ਕਿਹਾ ਜੀ ਤੁਹਾਨੂੰ ਕਿਹਨੇ ਆਖਿਆ ਵੀ ਰਾੜਾ ਅੱਖਰ ਨਹੀਂ ਹੈ, ਤੇ ਰਾੜਾ ਅੱਖਰ ਕੱਟਤਾ ਗੁਰੂ ਅੰਗਦ ਸਾਹਿਬ ਨੇ। ਕਹਿਣ ਲੱਗਿਆ ਮੈਂ ਤਾਂ ਸਾਡੇ ਮਹਾਂਪੁਰਖਾਂ ਕੋਲ ਇਹੀ ਸੁਣਦਾ ਆਇਆ ਅੱਜ ਤੱਕ, ਮੈਂ ਤੁਸੀਂ ਆਪ ਤਾਂ ਪੜ੍ਹਨ ਨਹੀਂ ਜਾਣਦੇ, ਜਿਹੜਾ ਮਹਾਂਪੁਰਖ ਨੇ ਕਹਿਤਾ ਸੁਣ ਲਿਆ। ਕਹਿਣ ਲੱਗਿਆ ਫਿਰ ਮੈਨੂੰ ਦਿਖਾਓ ਕਿੱਥੇ ਹੈ।
ਮੈਂ ਆਪਣੇ ਮਹਾਂਪੁਰਖਾਂ ਨੂੰ ਜਾ ਕੇ ਦੱਸੂਗਾ ਵੀ ਇਹ ਤਾਂ ਤੁਸੀਂ ਗਲਤ ਪੜ੍ਹਾਇਆ। ਤੇ ਮੈਂ ਉਹਨੂੰ ਜਪਜੀ ਸਾਹਿਬ ਮੂਹਰੇ ਲਿਆ ਕੇ ਉਹ ਸਾਰਾ ਸਾਹਮਣੇ ਰੱਖਤਾ ਤੇ ਕਿੰਨੀ ਵਾਰੀ ਰੌਲਾ ਅੱਖਰ ਵਿੱਚ ਆਇਆ ਉਹਨਾਂ ਨੂੰ ਵਿਖਾ ਦਿੱਤਾ, ਪੰਨੇ ਜਪਜੀ ਸਾਹਿਬ ਦੇ ਨੋਟ ਕਰਕੇ ਦੇ ਦਿੱਤੇ, ਫਿਰ ਮੱਥੇ ਤੇ ਹੱਥ ਮਾਰ ਲੱਗ ਪਿਆ। ਕਹਿੰਦਾ ਅਸੀਂ ਤਾਂ ਭਾਈ ਇਹੀ ਕੁਛ ਪੜ੍ਹਿਆ, ਸਾਨੂੰ ਤਾਂ ਪਤਾ ਨਹੀਂ ਸੀ। ਉਹ ਤਾਂ ਸੀ ਅੱਜ ਤੋਂ ਬਹੁਤ ਪਹਿਲਾਂ ਦੀ ਗੱਲ, ਪਰ ਹੁਣ ਵੀ ਸਾਡੇ ਬਹੁਤੇ ਲੋਕਾਂ ਦੀ ਇਹੀ ਹਾਲਤ ਹੈ। ਸਮਝ ਕੇ ਗੁਰਬਾਣੀ ਨੂੰ ਪੜ੍ਹਨਾ, ਸਮਝਣਾ, ਜ਼ਿੰਦਗੀ 'ਚ ਲਾਗੂ ਕਰਨਾ ਉਹ ਨਹੀਂ ਹੈ। ਜਿਹਨੇ ਕੱਚੀ ਧਾਰਨਾ ਸਟੇਜ 'ਤੇ ਸੁਣਾਤੀ ਉਹ ਵੀ ਗੁਰਬਾਣੀ ਹੈ, ਕਿਸੇ ਨੇ ਕੋਈ ਮੁਹਾਵਰੇ ਦੇ ਤੌਰ 'ਤੇ ਗੁਰਬਾਣੀ ਦੀ ਪੰਕਤੀ ਅਧੂਰੀ ਉਹ ਸੁਣਾ ਦਿੱਤੀ ਉਹ ਵੀ ਉਹਨਾਂ ਵਾਸਤੇ ਗੁਰਬਾਣੀ ਹੈ। ਹੁਣ ਕਿੰਨਾ ਕੁਝ ਇਹੋ ਜਿਹਾ ਤੁਹਾਡੇ ਸਾਹਮਣੇ ਪਿਆ, ਉਹਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ। ਜਿਵੇਂ ਤੁਸੀਂ ਮੁਹਾਵਰੇ ਦੀ ਗੱਲ ਕਰੀ ਆ, ਮਤਲਬ ਅੱਜ ਕੱਲ੍ਹ ਕੋਈ ਵੀ ਘਟਨਾ ਵਾਪਰ, ਜੇ ਕਹਿੰਦੇ ਹਾਂ ਵੀ ਕਿਸੇ ਦੇ ਉੱਪਰ ਕੋਈ ਹਮਲਾ ਹੋ ਗਿਆ ਜਾਂ ਫਿਰ ਕਿਸੇ ਕੋਈ ਐਕਸੀਡੈਂਟ ਹੋ ਗਿਆ, ਆਮ ਕਰਕੇ ਅਸੀਂ ਗੱਲ ਕਹਿ ਦਈਏ ਆ ਜਾਂ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਲੋਕ ਇਸ ਚੀਜ਼ ਨੂੰ ਗੁਰਬਾਣੀ ਸਮਝਗਾ ਉਹਦਾ ਬੋਲਾਂ ਵੀ ਹਾਂ ਵੀ ਜਾਂ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਉਹ ਗੁਰਬਾਣੀ ਦੀ ਤੁੱਕ ਆ। ਪਰ ਜਦਕਿ ਜੋ ਗੁਰਬਾਣੀ ਦੀ ਤੁੱਕ ਨਹੀਂ ਹੈਗੀ, ਜੋ ਅਸਲ ਕੇ ਵਿੱਚ ਗੁਰੂ ਅਰਜਨ ਸਾਹਿਬ ਦਾ ਜਿਹੜੇ ਭਾਈ ਤਾਂ ਪ੍ਰਿਥੀ ਚੰਦ, ਪ੍ਰਿਥੀ ਚੰਦ ਦਾ ਮੁੰਡਾ ਹਰਜੀ, ਸੋਰੀ ਪ੍ਰਿਥੀ ਚੰਦ ਦਾ ਮੁੰਡਾ ਦਾ ਜਿਹੜਾ ਮਿਹਰਬਾਨ, ਮਿਹਰਬਾਨ ਦਾ ਮੁੰਡਾ ਦਾ ਹਰਜੀ, ਉਹਨਾਂ ਕੀ ਲਿਖੀ ਹੋਈ ਬਾਣੀ ਆ, ਆਮ ਲੋਕਾਂ ਨੂੰ ਜੋ ਪਤਾ ਹੀ ਨਹੀਂ ਹੈਗਾ, ਗਿਆਨ ਹੀ ਨਹੀਂ ਹੈ ਇਸ ਬਾਤ ਦਾ, ਇਹਨੂੰ ਮਤਲਬ ਇਸ ਤਰ੍ਹਾਂ ਵਰਤਣਾ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਜੇ ਤਾਂ ਗੁਰਬਾਣੀ ਕੀ ਤੁੱਕ ਆ। ਪਰ ਮਤਲਬ ਇੰਨੇ ਮਾਰੇ ਹਿਰਦਿਆਂ 'ਚ ਫਿਰ ਉਹ ਕਿਸ ਤਰ੍ਹਾਂ ਫਿੱਟ ਹੋ ਗਈ ਵੀ ਜੋ ਕਿ ਮਨ ਨੂੰ ਗੁਰਬਾਣੀ ਲੱਗਣ ਲੱਗ ਪਈ। ਮਾਰੇ ਜਿਹੜੇ ਸਟੇਜ ਭਾਸ਼ਣ ਆਉਣ ਵਾਲੇ ਗਿਆਨੀ ਤੇ ਜਾਂ ਫਿਰ ਮਨ ਨੂੰ ਗਿਆਨ ਦੇਣ ਵਾਲੇ ਕਹਿ ਲਈਏ ਵੀ ਬਾਬੇ ਕਹਿੰਦੇ ਆਮ ਭਾਸ਼ਾ ਦੇ ਵਿੱਚ ਵੀ ਬਾਬੇ ਦੇ, ਉਹਨਾਂ ਨੇ ਵੀ ਨਹੀਂ ਉਹ ਚੀਜ਼ ਸਮਝੀ। ਉਹਨਾਂ ਦਾ ਜੀ ਹਾਲਤ ਉਹੀ ਹੈ, ਜੇ ਲੋਕਾਂ ਨੂੰ ਗਿਆਨ ਆ ਗਿਆ, ਅਕਲ ਆ ਗਈ, ਗੁਰਬਾਣੀ ਦੇ ਅਨੁਸਾਰ ਜ਼ਿੰਦਗੀ ਜਿਉਣ ਲੱਗ ਗਏ, ਤਾਂ ਸਾਧ ਸੰਤ ਦਾ ਸਾਰਾ ਬੋਰੀਆ ਬਿਸਤਰਾ ਗੋਲ ਹੋ ਜਾਊਗਾ, ਉਹਨੂੰ ਸੰਤ ਕੋਈ ਨਹੀਂ ਮੰਨੂਗਾ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਾਧ ਸੰਤ ਨਹੀਂ ਬਣਾਇਆ, ਬਲਕਿ ਸਿੱਖ ਅਤੇ ਭਾਈ ਭਾਈ ਬਣਾਇਆ, ਰਲ ਮਿਲ ਕੇ ਬੈਠਣ ਵਾਲਾ ਬਣਾਇਆ। ਹੁਣ ਤੁਸੀਂ ਆਪ ਦੇਖ ਲਓ, ਸਾਰੇ ਡੇਰਿਆਂ 'ਚ ਇਹ ਸਾਧ ਬਣੇ ਹੋਏ, ਸੰਤ ਬਣੇ ਹੋਏ, ਆਪਣੇ ਨਾਮ ਨਾਲ ਬ੍ਰਹਮ ਗਿਆਨੀ 108, 1008, ਕਿੰਨਾ ਕੁਝ ਡਿਗਰੀਆਂ ਆਪਣੇ ਨਾਮਾਂ ਨਾਲ ਇਹ ਲਾਉਂਦੇ ਨੇ, ਫਿਰ ਉੱਚੇ ਥਾਂ ਤੇ ਬੈਠਦੇ ਨੇ ਇਹ, ਤੇ ਸੰਗਤ ਨੀਵੇਂ ਥਾਂ ਤੇ ਬੈਠਦੀ ਹੈ, ਤੇ ਉਹ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ, ਜੇ ਉੱਥੇ ਹੈਗਾ ਉਹਨੂੰ ਤਾਂ ਟੇਕਦੀ ਟੇਕਦੇ ਨੇ, ਬਾਬੇ ਨੂੰ ਵੱਡਾ ਨੋਟ ਪੈਰਾਂ 'ਚ ਰੱਖ ਕੇ ਉਹ ਮੱਥਾ ਟੇਕਦੇ ਨੇ, ਤੇ ਬਾਬੇ ਤੋਂ ਪੁੱਤ ਦੀ ਪ੍ਰਾਪਤੀ, ਬਿਮਾਰੀ ਤੋਂ ਅਸੀਂ ਤੰਦਰੁਸਤੀ ਲੈਣੀ ਹੈ, ਸਾਡੇ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ, ਸਾਡੀ ਕੁੜੀ ਨੂੰ ਰਿਸ਼ਤਾ ਨਹੀਂ ਮਿਲਦਾ, ਇਹ ਚੀਜ਼ਾਂ ਵੀ ਬਾਬਿਆਂ ਕੋਲੇ ਜਾ ਕੇ ਲੈਂਦੇ ਨੇ। ਬਾਬੇ ਕਦੇ ਨਹੀਂ ਕਹਿੰਦੇ ਵੀ ਭਾਈ ਮੇਰੇ ਕੋਲੇ ਕੁਛ ਨਹੀਂ ਹੈ, ਇਹ ਸਾਰਾ ਕੁਝ ਕੁਦਰਤ ਦੇ ਨਿਯਮਾਂ ਦੇ ਵੀ ਜਿਹੜਾ ਹੋ ਰਿਹਾ ਉਹਨੂੰ ਮੈਂ ਬਦਲ ਨਹੀਂ ਸਕਦਾ, ਤੁਸੀਂ ਡਾਕਟਰੀ ਇਲਾਜ ਕਰਵਾਓ ਜੀ ਤੋਂ ਕਰਵਾਉਣਾ, ਤੇ ਚੰਗੇ ਡਾਕਟਰ ਕੋਲੇ ਜਾਓ, ਜਾਂ ਜਿਹੜੀ ਨੌਕਰੀ ਵਗੈਰਾ ਉਹ ਪੜ੍ਹਾਈ ਲਿਖਾਈ ਬੱਚਿਆਂ ਨੂੰ ਕਰਾਓ, ਉਹ ਤਾਂ ਮਿਲਣੀ ਹੈ, ਮੇਰੇ ਕੋਲੇ ਆਉਣ ਨਾਲ ਨਹੀਂ ਮਿਲਣੀ। ਪਰ ਇਹਨਾਂ ਨੇ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਸਾਧ ਬਾਬਿਆਂ ਨੇ ਇਹਨਾਂ ਨੂੰ ਧਾਗੇ, ਤਵੀਤ, ਜਾਦੂ ਮੰਤਰ ਜਾਂ ਕੋਈ ਪੌੜੀ ਦਾ ਇਹਦਾ ਇੰਨੀ ਵਾਰੀ ਪਾਠ ਕਰੋ, ਇਹਦਾ ਮੰਤਰ ਜਾਪ ਕਰੋ। ਜਦੋਂ ਇੰਨੀ ਅਨਪੜ੍ਹਤਾ ਫੈਲੀ ਹੋਈ ਸੀ ਉਹਨਾਂ ਦੇ ਮਨਾਂ 'ਚ, ਇਹ ਕੱਚੀਆਂ ਧਾਰਨਾਵਾਂ, ਕੱਚੀਆਂ ਕਹਾਣੀਆਂ ਅਤੇ ਕਰਾਮਾਤੀ ਟੋਟ ਕੇ ਉਹਨਾਂ ਦੇ ਮਨਾਂ 'ਚ ਵਸਾ ਦਿੱਤੇ ਗਏ। ਪੰਥ ਨੂੰ ਜਿਵੇਂ ਗੁਰੂ ਸਾਹਿਬ ਅੱਗੇ ਵਧਾਉਣਾ ਚਾਹੁੰਦੇ ਸੀ ਉਸ ਤਰ੍ਹਾਂ ਵਧਾਉਣ ਦੇ ਵਿੱਚ ਇਹਨਾਂ ਨੇ ਯੋਗਦਾਨ ਨਹੀਂ ਪਾਇਆ, ਬਲਕਿ ਉਹਨਾਂ ਨੂੰ ਗਰਕ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਮੈਂ ਤਾਂ ਇੱਥੋਂ ਤੱਕ ਵੀ ਦੇਖ ਚੁੱਕਿਆ, ਇੱਕ ਜੋਰਾ ਸਿੰਘ ਨਾਮ ਦਾ ਬੱਧਨੀ ਕਲਾਂ ਦਾ ਸਾਧ, ਉਹਨੇ ਆਪਣੇ ਮੁੰਡੇ ਦੇ ਵਿਆਹ ਤੇ, ਮੈਂ ਸਾਰਾ ਆਪਣੀਆਂ ਕਿਤਾਬਾਂ 'ਚ ਅਖਬਾਰਾਂ 'ਚੋਂ ਲੈ ਕੇ ਮੈਟਰ ਪਾਇਆ ਹੋਇਆ, ਉਹਨੇ ਇੰਨਾ ਇਕੱਠ ਕੀਤਾ ਤੇ ਇੰਨਾ ਲੋਕਾਂ ਨੂੰ ਹੈਰਾਨ ਕੀਤਾ, ਵੱਡੇ ਵੱਡੇ ਮੰਤਰੀ ਤੇ ਅਫਸਰ ਵੀ ਉਹਨੇ ਮੁੰਡੇ ਦੇ ਵਿਆਹ 'ਚ ਬੁਲਾਏ। ਉੱਥੇ ਅਖਬਾਰ 'ਚ ਲਿਖਿਆ ਸੀ, ਕਹਿਣ ਲੱਗਿਆ 30 ਕੁਇੰਟਲ ਤਾਂ ਮਸੰਮੀਆਂ ਇਕੱਲੀਆਂ ਜੂਸ ਦੇ ਤੌਰ ਤੇ ਉੱਥੇ ਮੁੱਕ ਗਈਆਂ, ਤੇ ਮੁੜ ਕੇ ਲੋਕਾਂ ਨੂੰ ਮਸੰਮੀ ਦਾ ਜੂਸ ਨਹੀਂ ਮਿਲਿਆ, 30 ਕੁਇੰਟਲ ਤਾਂ ਕਹਿੰਦਾ ਫਟਾਫਟੀ ਉੜ ਗਈਆਂ। ਤੇ ਫਿਰ ਉਹਦੀ ਨੂੰਹ ਨੇ
ਜਿਹੜੀ ਵਹੁਟੀ ਨੇ ਆਉਣਾ ਸੀ ਵਿਆਹਲੀ ਤੇ ਉਹਨੇ 1.5 ਲੱਖ ਰੁਪਈਏ ਦਾ ਸੂਟ ਬਣਾਇਆ, ਇਹਦੇ ਮੁੰਡੇ ਨੇ 1.5-2 ਲੱਖ ਦਾ ਸੂਟ ਬਣਾਇਆ ਆਪਣੇ ਵਾਸਤੇ। ਗੱਲ ਕੀ, ਇਹਨੇ ਤਾਂ 5 ਪਿਆਰੇ ਵੀ ਬਣਾਏ ਤੇ ਵਿੱਚ ਹਨੂੰਮਾਨ ਵੀ ਬਣਾਇਆ, ਨੱਚਦਾ ਫਿਰਦਾ ਟਪੂਸੀਆਂ ਫਿਰ ਮਾਰਦਾ ਫਿਰਦਾ ਸੀ। ਤੇ ਇਹ ਸਾਰਾ ਕੁਛ ਲੋਕਾਂ ਨੂੰ ਫਿਰ ਲੱਗਦਾ ਵੀ ਬ੍ਰਹਮ ਗਿਆਨੀ ਮਹਾਂਪੁਰਖ ਹੈ ਨਾ ਜਿਹੜਾ, ਇਹ ਜਿਹੜਾ ਕੁਛ ਕਰਦਾ ਫਿਰ ਠੀਕ ਹੀ ਹੁੰਦਾ, ਗੁਰੂ ਸਾਹਿਬ ਦੀ ਮਰਿਆਦਾ ਫਿਰ ਇਹੋ ਹੀ ਹੋਣੀ ਆ। ਇਹ ਜਿਹੜੇ ਇਹੋ ਜਿਹੇ ਸਾਧ ਥਾਂ ਥਾਂ ਤੇ ਪੈਦਾ ਹੋਏ, ਇਹਨਾਂ ਨੇ ਗੁਰਬਾਣੀ ਦੇ ਨਾਲ ਲੋਕਾਂ ਨੂੰ ਜੋੜਨ ਦੀ ਥਾਂ ਤੇ ਆਪਣੇ ਡੇਰੇ ਨਾਲ, ਆਪਣੀਆਂ ਇਹਨਾਂ ਕੱਚੀਆਂ ਪਿੱਲੀਆਂ ਮਰਿਆਦਾਵਾਂ ਨਾਲ, ਆਪਣੀਆਂ ਧਾਰਨਾਵਾਂ ਨਾਲ ਇਹਨਾਂ ਨੂੰ ਉੱਲੂ ਬਣਾ ਕੇ ਖੂਬ ਲੁੱਟਿਆ ਤੇ ਅੱਜ ਤੱਕ ਲੁੱਟਦੇ ਆ ਰਹੇ ਨੇ। ਅਜੇ ਤੱਕ 21ਵੀਂ ਸਦੀ ਦੇ ਵਿੱਚ ਪਹੁੰਚ ਗਏ ਵੀ ਸਾਡੇ ਲੋਕ ਵਿਗਿਆਨਕ ਢੰਗ ਨਾਲ ਸੋਚਣ ਨੂੰ ਤਿਆਰ ਨਹੀਂ, ਗੁਰਬਾਣੀ ਆਪ ਸਮਝ ਕੇ ਪੜ੍ਹਨ ਨੂੰ ਤਿਆਰ ਨਹੀਂ, ਕਿਰਾਏ ਦੇ ਪਾਠ ਕਰਾਉਂਦੇ ਨੇ। ਅਖੰਡ ਪਾਠ ਸਾਡਾ ਪਾਠ ਹੀ ਕਰਨਗੇ, ਅਸੀਂ ਤਾਂ ਬਾਅਦ ਦੇ ਵਿੱਚ ਇਹਦਾ ਇਹਨਾਂ ਨੂੰ ਪੈਸੇ ਦੇ ਕੇ ਸਾਰਾ ਫਲ ਹੈ ਜਿਹੜਾ ਉਹ ਖਰੀਦ ਕੇ ਆਪਣੇ ਬੋਝੇ 'ਚ ਪਾ ਲਵਾਂਗੇ। ਕਿਰਾਏ ਦੇ ਅਖੰਡ ਪਾਠ, ਕਿਰਾਏ ਦੇ ਸਹਿਜ ਪਾਠ, ਕਿਰਾਏ ਦੇ ਕੀਰਤਨ, ਕਿਰਾਏ ਦੀ ਅਰਦਾਸ, ਹਰੇਕ ਚੀਜ਼ ਆਪਾਂ ਪੈਸੇ ਦੇ ਕੇ ਖਰੀਦ ਰਹੇ ਹਾਂ, ਇਹ ਸਾਨੂੰ ਅੱਖਾਂ ਖੋਲ੍ਹ ਕੇ ਚੱਲਣਾ ਚਾਹੀਦਾ। ਜੇ ਕੋਈ ਹੋਰ ਬੰਦਾ ਮੇਰੀ ਥਾਂ ਤੇ ਖਾਣਾ ਖਾ ਲਵੇ ਤੇ ਮਗਰੋਂ ਕਹਿ ਕੇ ਮੈਂ ਅਰਦਾਸ ਕਰ ਦੇਣਾ ਤੇਰੇ ਢਿੱਡੇ ਚਲੀ ਜਾਵੇਗੀ, ਕਦੇ ਹੋ ਸਕਦਾ ਕਿ ਉਹ ਰੋਟੀ ਮੇਰੇ ਕੋਲੇ ਆ ਜਾਵੇ? ਤੇ ਮੈਂ ਨੰਗਾ ਬੈਠਾ ਹੋਵਾਂ, ਕੋਈ ਹੋਰ ਬੰਦਾ ਆਖੇ ਪੈਸੇ ਮੈਨੂੰ ਦੇ ਦੇ, ਕੱਪੜੇ ਮੈਂ ਪਹਿਨ ਲਵਾਂਗਾ, ਇਹ ਕੱਪੜੇ ਤੇਰੇ ਕੋਲੇ ਆ ਜਾਣਗੇ, ਕਦੀ ਆ ਸਕਦੇ ਨੇ ਦੂਜੇ ਦੇ ਪਾਏ ਕੱਪੜੇ? ਇਸੇ ਤਰ੍ਹਾਂ ਹੋਰ ਜਿਹੜਾ ਕੂੜ ਕਬਾੜ ਇਹਨਾਂ ਨੇ ਇਕੱਠਾ ਕੀਤਾ ਲੋਕਾਂ ਦੇ ਦਿਮਾਗ 'ਚ ਪਾਇਆ, ਉਹ ਸਾਰਾ ਇਸੇ ਤਰ੍ਹਾਂ ਦਾ ਹੀ ਹੈ। ਅਸੀਂ ਪੈਸੇ ਦੇ ਕੇ ਆਪਣਾ ਝੁੱਗਾ ਚੌੜ ਕਰਾ ਰਹੇ ਹਾਂ। ਇਹ ਸਾਰੀਆਂ ਜਿਹੜੀਆਂ ਕੱਚੀਆਂ ਪਿੱਲੀਆਂ ਚੀਜ਼ਾਂ ਇਹਨਾਂ ਸਾਧਾਂ ਸੰਤਾਂ ਲੋਕਾਂ ਨੇ ਸਾਨੂੰ ਲੁੱਟਣ ਵਾਸਤੇ ਚਾਲੂ ਕੀਤੀਆਂ ਸੀ, ਪਰ ਅੱਜ ਤੱਕ ਵੀ ਸਾਡੀਆਂ ਅੱਖਾਂ ਨਹੀਂ ਖੁੱਲੀਆਂ, ਸਾਡੇ ਮੁਖੀਆਂ ਨੇ ਅੱਜ ਤੱਕ ਵੀ ਸਾਨੂੰ ਰਾਹ ਪਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਉਹ ਵੀ ਸਾਨੂੰ ਲੁੱਟਣ ਵਾਸਤੇ ਸਾਧਾਂ ਦਾ ਰੂਪ ਨਹੀਂ ਧਾਰਿਆ, ਪਰ ਕੰਮ ਉਹ ਵੀ ਸਾਧਾਂ ਵਾਲੇ ਕਰੀ ਜਾ ਰਹੇ ਨੇ ਸਾਰੇ। ਵਿਆਹ ਕੀ ਗੱਲ ਕਰੀ ਇੱਥੋਂ ਨੇ, ਵਿਆਹ ਕੇ ਵਿੱਚ ਆਮ ਕਾਰਡ ਛਪਾਂ ਜੀ, ਅੱਜ ਕੱਲ੍ਹ ਬੜੇ ਬੜੇ ਜਿਹੜੇ ਆਪਦੇ ਆਪ ਨੂੰ ਸਿੱਖ ਗਿਆਨੀ ਕਹਾਵਾਂ, ਵਿਆਹ ਕੇ ਕਾਰਡ ਦੇ ਉੱਪਰ ਨਾਮ ਤੇ ਉੱਪਰ ਇੱਕ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਵੀ ਹੋਵਾਂ, ਸ਼ਾਇਦ ਲੋਕਾਂ ਦੇ ਵਿੱਚ ਭਾਵਨਾ ਹੋ ਵੀ ਅਸੀਂ ਗੁਰੂ ਸਾਹਿਬ ਕਾ ਜਾਂ ਪਰਮਾਤਮਾ ਦਾ ਆਸ਼ੀਰਵਾਦ ਲੈ ਲਈਏ। ਉਹ ਲਿਖਿਆ ਵਾ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਸੰਤਾਂ ਕੇ ਕਾਰਜ ਆਪ ਖਲੋਆ ਇਹ ਉਸ ਦੀ ਵਡਿਆਈ। ਮੈਂ ਕਹਾਂ ਵੀ ਇੱਕ ਤਾਂ ਜਿਹੜੀ ਜੋ ਪਿਛਲੀ ਤੁਕਾ ਬਿਲਕੁਲ ਹੀ ਜੋ ਗੁਰਬਾਣੀ ਕੇ ਨਾਲੋਂ ਤੋੜ ਕਾ ਗੁਰਬਾਣੀ ਕੀ ਤੁਕ ਨੂੰ ਪੇਸ਼ ਕਰਿਆ ਗਿਆ, ਔਰ ਜਦਕਿ ਇਹ ਤੁਕ ਗੁਰਬਾਣੀ ਕੀ ਹੈ ਹੀ ਨਹੀਂ, ਲੋਕ ਇਸ ਨੂੰ ਗੁਰਬਾਣੀ ਕੀ ਸਮਝ ਕਾ ਵਿਆਹਾਂ ਕੇ ਕਾਰਡਾਂ ਵਾ ਬਹੁਤ ਲਿਖਿਆ ਵਾ, ਆਮ ਲਿਖਿਆ ਰਹੀ ਹਾਂ, ਲੋਕਾਂ ਨੂੰ ਨਹੀਂ ਲੁਕਾ ਵੀ ਜੋ ਮਾਰੀ ਵੀ ਇਸ ਨਾਲ ਉਹਨਾਂ ਨੂੰ ਆਸ਼ੀਰਵਾਦ ਮਿਲ ਜਾਏਗਾ, ਜਦਕਿ ਜੋ ਗੁਰਬਾਣੀ ਨਹੀਂ ਹੈ। ਫਿਰ ਇਸ ਤਰ੍ਹਾਂ ਮਤਲਬ ਜਿਹੜੀ ਜੋ ਬਾਣੀ ਲਿਖੀ ਜਾ ਰਹੀ ਹੈ ਜੋ ਕਿਸ ਤਰ੍ਹਾਂ ਉਹ ਕਰ ਰਹੇ ਜੀ, ਇਹੀ ਗੱਲ ਆਉਂਦੀ ਹੈ ਜੀ, ਜਿਹੜੇ ਇਹ ਕਾਰਡ ਛਾਪਣ ਵਾਲੇ ਨੇ ਉਹਨਾਂ ਕੋਲੇ ਤੁਕਾਂ ਕਿਸੇ ਨੇ ਲਿਖ ਕੇ ਦੇ ਦਿੱਤੀਆਂ, ਚੈੱਕ ਕਰਨ ਵਾਲਾ ਜੇ ਕੋਈ ਨਹੀਂ ਵੀ ਇਹ ਗੁਰਬਾਣੀ ਹੈ ਕਿ ਨਹੀਂ ਹੈ, ਉਹਨਾਂ ਨੇ ਛਾਪ ਕੇ ਦੇ ਦਿੱਤੀ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਇਹ ਕੀ ਹੈ। ਅਸਲ ਤਾਂ ਪੰਗਤੀ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉੱਥੇ ਤਾਂ ਉਹ ਜਿਹੜੀ ਇਹ ਪੰਗਤੀ ਮੈਂ ਤੁਹਾਨੂੰ ਸੁਣਾਈ ਹੈ, ਇਹ ਚਾਰ ਪੰਗਤੀਆਂ ਨੇ ਗੁਰੂ ਰਾਮਦਾਸ ਸਾਹਿਬ ਦੀਆਂ ਲਿਖੀਆਂ ਹੋਈਆਂ ਨੇ, ਇਹਦੀ ਵਰਤੋਂ ਕਰਨ ਦੀ ਥਾਂ ਤੇ ਇਹ ਆਪਣੀ ਇੱਕ ਹੋਰ ਅਧੂਰੀ ਤੁਕ ਫਿੱਟ ਕਰ ਦਿੱਤੀ, ਤੇ ਜਿਹੜੇ ਕਾਰਡ ਛਪਾਉਣ ਵਾਲੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਇਹ ਗੁਰਬਾਣੀ ਹੈ ਜਾਂ ਕੁਝ ਹੋਰ ਹੈ। ਇਸੇ ਤਰ੍ਹਾਂ ਮਰੇ ਦੀਆਂ ਜਿਹੜੇ ਕਾਰਡ ਛਪਦੇ ਨੇ ਮਰਿਆਂ ਤੇ, ਉਹਦੇ ਵਿੱਚ ਵੀ ਅਧੂਰੀਆਂ ਪੰਕਤੀਆਂ, ਕੁਝ ਹਿੱਸਾ ਗੁਰਬਾਣੀ ਦਾ, ਕੁਝ ਆਪਣੀ ਮਨਮਤ ਦਾ ਉਹ ਵਿੱਚ ਪਾ ਦਿੰਦੇ ਨੇ। ਤੋ ਪਿਆਰਿਓ, ਇਹ ਤਾਂ ਅੱਖਾਂ ਖੋਲਣ ਦੀ ਲੋੜ ਹੈ, ਤੇ ਜੇ ਕਿਤੇ ਆਪਾਂ ਗੁਰਬਾਣੀ ਤੋਂ ਅਵੇਸਲੇ ਰਹੇ ਤਾਂ ਫਿਰ ਤਾਂ ਕੋਈ ਵੀ ਬੰਦਾ ਕੀ ਕਹਿ ਦਿਆ ਕਰੇਗਾ ਭਾਈ ਇਹ ਗੁਰਬਾਣੀ ਹੈ। ਮੈਂ ਤਾਂ ਹੈਰਾਨ ਹੁੰਦਾ, ਇੱਥੋਂ ਤੱਕ
ਕਿ ਬਹੁਤ ਪਹਿਲਾਂ ਜਿਹੜੇ ਅੱਜ ਗੁਟਕੇ ਛਪਦੇ ਸੀ, ਮੇਰੇ ਕੋਲ ਇੱਕ ਅਖੌਤੀ ਜਿਹੜਾ ਸੋਢੀ ਤੇਜਾ ਸਿੰਘ ਨਾਮ ਦੀ ਕਿਤਾਬ ਪਈ ਹੈ, ਮੈਂ ਸਪੋਕਸਮੈਨ ਅਖਬਾਰ ਦੇ ਵਿੱਚ ਵੀ ਉਹਦੇ ਵਿੱਚ ਵੱਡਾ ਲੇਖ ਭੇਜਿਆ ਸੀ ਉਹਦੇ ਬਾਰੇ, ਕਿ ਉਹਦੇ ਵਿੱਚ ਇੱਥੋਂ ਤੱਕ ਲਿਖਿਆ ਹੋਇਆ ਜੇ ਗੁਰਬਾਣੀ ਦੀ ਆਹ ਪੌੜੀ ਜਾਂ ਆਹ ਸ਼ਬਦ ਜਾਂ ਆਹ ਪੰਗਤੀ ਤੁਸੀਂ ਹਰ ਰੋਜ਼ 40 ਦਿਨ ਇੰਨੀ ਵਾਰੀ ਪੜ੍ਹੋਗੇ, ਇਸ਼ਨਾਨ ਕਰਕੇ ਰੋਜ਼ ਪੜ੍ਹੋਗੇ ਤਾਂ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਊਗੀ। ਜੇ ਆਹ ਪੰਗਤੀਆਂ ਇਉਂ ਤੁਸੀਂ ਪੜ੍ਹੋਗੇ 1 ਲੱਖ ਦੇ ਭਾਰ ਖਲੋ ਕੇ ਤਾਂ ਤੁਹਾਡੇ ਬੱਚੇ ਨੂੰ ਨੌਕਰੀ ਮਿਲ ਜੂਗੀ। ਗੱਲ ਕੀ, ਤੁਹਾਡਾ ਜਿਹੜਾ ਹੈ ਬਿਮਾਰੀਆਂ ਦੇ ਕੱਟੀਆਂ ਜਾਣਗੀਆਂ। ਕਿੰਨਾ ਕੁਛ ਉਹਨੇ ਇੱਕ ਇੱਕ ਪੌੜੀ ਨਾਲ ਜੋੜਿਆ ਹੋਇਆ, ਤੇ ਸ਼੍ਰੋਮਣੀ ਕਮੇਟੀ ਨੂੰ ਲਾਹਨਤ ਹੈ ਕਿ ਉੱਥੇ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਭਾਈ ਚਤਰ ਸਿੰਘ ਜੀਵਨ ਸਿੰਘ ਹੋਰਾਂ ਨੇ ਇਹ ਕਿਤਾਬ ਛਾਪੀ ਸੀ ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਨਜ਼ਰ ਨਹੀਂ ਆਈ ਕਿ ਇਸ ਕਿਤਾਬ ਤੇ ਪਾਬੰਦੀ ਲਾਈਏ। ਉਹ ਉਸੇ ਤਰ੍ਹਾਂ ਹੀ ਅੱਜ ਤੱਕ ਚੱਲਦੀ ਆ ਰਹੀ ਹੈ। ਹੋਰ ਕਿੰਨੇ ਸਾਰੇ ਗੁਟਕੇ ਨੇ ਉੱਥੋਂ ਦੁਕਾਨਾਂ ਵਾਲੇ ਛਾਪ ਰਹੇ ਨੇ ਅਤੇ ਵੇਚ ਰਹੇ ਨੇ, ਆ ਜਾਦੂ ਮੰਤਰਾਂ ਵਾਂਗੂ ਬਾਣੀ ਪੜ੍ਹੋ, ਆ ਪੰਕਤੀਆਂ ਪੜ੍ਹੋ ਤੇ ਤੁਹਾਡੇ ਸਾਰੇ ਕਾਰਜ ਆਪਣੇ ਆਪ ਹੀ ਰਾਸ ਹੋ ਜਾਣਗੇ। ਇੱਥੋਂ ਤੱਕ ਇੱਕ ਸਾਧ ਦਾ ਚੇਲਾ DMC ਹਸਪਤਾਲ ਦੇ ਵਿੱਚ ਮੇਰਾ ਵਾਕਬ ਹੋ ਗਿਆ, ਉੱਥੇ ਨੌਕਰੀ ਕਰਦਾ ਸੀ ਹਸਪਤਾਲ 'ਚ, ਤੇ ਮੇਰੀਆਂ ਕੁਛ ਕਿਤਾਬਾਂ ਵੀ ਪੜ੍ਹੀਆਂ। ਮੈਂ ਉੱਥੇ ਗਿਆ, ਮੈਨੂੰ ਕਹਿਣ ਲੱਗਿਆ ਬਾਬਾ ਜੀ ਆਓ ਦੌੜ ਕੇ ਆਓ ਜਰਾ ਤੇਜ਼ੀ ਨਾਲ ਆਓ। ਮੈਂ ਕੀ ਹੋ ਗਿਆ? ਕਹਿੰਦਾ ਇੱਥੇ ਮਹਾਂਪੁਰਖਾਂ ਦੇ ਦਰਸ਼ਨ ਕਰਾਉਣਾ ਤੁਹਾਨੂੰ। ਮੈਂ ਇੱਕ ਸਾਧ ਕੋਲੇ ਮੈਨੂੰ ਘਸੀਟ ਕੇ ਲੈ ਗਿਆ। ਮੈਂ ਕਿਹਾ ਇੱਥੇ ਕੀ ਹੈ? ਆਹ ਬਾਬਾ ਜੀ ਮਹਾਂਪੁਰਖ ਨੇ, ਇਹ ਆਸ਼ੀਰਵਾਦ ਜੀ ਨੂੰ ਦੇ ਦੇਣ, ਉਹ ਤੰਦਰੁਸਤ ਸਭ ਕੁਝ ਠੀਕ ਹੋ ਜਾਂਦਾ। ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ, ਸਾਹਿਬ ਤਾਂ ਆਪਣਾ ਇਲਾਜ ਕਰਾਉਣ ਵਾਲਾ ਡਾਕਟਰ ਕੋਲੇ ਬੈਠਾ, ਇਹ ਡਾਕਟਰ ਇਹਦਾ ਇਲਾਜ ਕਰਨ ਨੂੰ ਬੈਠੇ ਨੇ। ਜੇ ਇਹ ਆਸ਼ੀਰਵਾਦ ਦੇ ਕੇ ਲੋਕਾਂ ਨੂੰ ਠੀਕ ਕਰਦਾ ਤੇ ਆਪਣਾ ਹੱਥ ਆਪਣੇ ਸਿਰ ਤੇ ਰੱਖ ਲੈਂਦਾ ਤੇ ਆਪਣਾ ਬਿਮਾਰੀ ਆਪ ਦੂਰ ਕਰ ਲੈਂਦਾ, ਇੱਥੇ ਮੈਂ ਡਾਕਟਰਾਂ ਕੋਲੇ ਪੈਸੇ ਖਰਚਦਾ, ਇਹਨਾਂ ਦੀਆਂ ਮਿੰਨਤਾਂ ਕਰਦਾ, ਡਾਕਟਰ ਸਾਹਿਬ ਬਚਾ ਲਓ, ਡਾਕਟਰ ਸਾਹਿਬ ਬਚਾ ਲਓ, ਤੇ ਤੂੰ ਇਹ ਤੋਂ ਮੈਨੂੰ ਆਸ਼ੀਰਵਾਦ ਦਿਵਾਉਣਾ ਚਾਹੁੰਦਾ? ਤਾਂ ਲਾਹਨਤ ਆ ਤੈਨੂੰ, ਇਹ ਪੜ੍ਹੇ ਲਿਖੇ ਬੰਦੇ ਨੂੰ ਇੱਥੇ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਦੀ ਵੀ ਤੇਰੀ ਹਾਲਤ ਹੈ। ਬਾਜੀ ਉਹ ਉਦੋਂ ਮੁੜ ਕੇ ਮੇਰੇ ਨਾਲ ਤੋੜ ਵਿਛੋੜਾ ਕਰ ਗਿਆ। ਗੱਲ ਕੀ, ਸਾਡਾ ਮਾਨਸਿਕ ਪੱਧਰ ਇੰਨਾ ਨੀਵਾਂ ਹੈ ਤੇ ਅਸੀਂ ਇਹੋ ਜਿਹੀਆਂ ਗੱਲਾਂ ਤੇ ਯਕੀਨ ਕਰਕੇ ਬਹਿ ਜਾਣਾ ਤੇ ਇਹਨਾਂ ਤੋਂ ਬਚਣ ਦੀ ਲੋੜ ਹੈ। ਅਕਲਵੰਦ 21ਵੀਂ ਸਦੀ 'ਚ ਆਪਾਂ, ਵਿਗਿਆਨਕ ਯੁੱਗ ਹੈ, ਅੱਜ ਸਾਨੂੰ ਬਹੁਤ ਅੱਗੇ ਵਧਣ ਦੀ ਲੋੜ ਸੀ। ਆਪਾਂ ਤਾਂ ਅੱਜ ਵੀ ਗਰਕਦੇ ਜਾ ਰਹੇ ਹਾਂ ਤੇ ਉਂਝ ਕਹਿੰਦੇ ਹਾਂ ਖਾਲਸਾ ਇਉਂ ਹੁੰਦਾ, ਸਿੰਘ ਇਉਂ ਹੁੰਦੇ ਨੇ, ਸਿੰਘ ਇਹੋ ਜਿਹੇ ਹੁੰਦੇ ਨੇ। ਇਹ ਕੇਵਲ ਫੜਾ ਮਾਰਨ ਵਾਲੀ ਗੱਲ ਹੈ, ਨਹੀਂ ਤਾਂ ਸਿੰਘ ਅੱਜ ਪੂਰੀ ਤਰ੍ਹਾਂ ਗਰਕੇ ਪਏ ਨੇ। ਕਦੀ ਇਹਨਾਂ ਕੰਮਾਂ ਨੂੰ ਦੇਖ ਕੇ ਧਿਆਨ ਮਾਰੋ ਆਪਣੇ ਅੰਦਰ। ਪ੍ਰੋਫੈਸਰ ਸਾਹਿਬ ਇੱਕ ਗੱਲ ਬਹੁਤ ਵਾਰੀ ਦਿਮਾਗ 'ਚ ਆ ਕਿ ਜਦ ਫਿਰ ਇਸ ਤਰ੍ਹਾਂ ਦੀਆਂ ਤੁੱਕਾਂ, ਜਿਸ ਤਰ੍ਹਾਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਤਕਰੀਬਨ ਇਹਨਾਂ ਚੀਜ਼ਾਂ ਨੂੰ ਸ਼ਬਦ ਬਣਾ ਕਾ, ਗੀਤ ਬਣਾ ਕਾ, ਧਾਰਮਿਕ ਗੀਤ ਕਹਿ ਲਈਏ ਆਪਾਂ, ਬਣਾ ਕਾ ਗਾਇਆ ਵੀ ਗਿਆ, ਟਰਾਲੀਆਂ ਦੇ ਉੱਪਰ ਵੀ ਲਿਖਿਆ ਗਿਆ, ਆਮ ਲੋਕਾਂ ਦੇ ਮਨ ਮਾ ਇੰਨਾ ਫਿੱਟ ਬੈਠ ਗਈਆਂ ਜੋ ਚੀਜ਼ਾਂ ਵੀ ਆਮ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਉਹ ਗੁਰਬਾਣੀ ਆ। ਫਿਰ ਜਿਹੜੇ ਲੋਕ ਮਤਲਬ ਇਹਨਾਂ ਨੂੰ ਸ਼ਬਦ ਬਣਾ ਕਾ ਗਾ ਰਹੇ ਆ ਜਾਂ ਗੀਤ ਬਣਾ ਕਾ ਗਾ ਰਹੇ ਆ, ਉਹਨਾਂ ਨੇ ਬਿਲਕੁਲ ਵੀ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕਰੀ ਵੀ ਉਹ ਗੁਰਬਾਣੀ ਹੈਗੀ ਆ ਕਿ ਨਾ, ਜੇ ਇਹਨਾਂ ਚੀਜ਼ਾਂ ਬਿਲਕੁਲ ਵੀ ਮਤਲਬ ਖਿਆਲ ਕਰੇਗਾ। ਜਾਂ ਫਿਰ ਹੁਣ ਤੱਕ ਜਿਹੜੇ ਮਾਰੇ ਕਰਮ ਪ੍ਰਚਾਰਕ ਕਮੇਟੀਆਂ, ਜਿਹੜੇ ਮਾਰੇ ਉਹੀ ਗੱਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬੜੇ ਬੜੇ ਪ੍ਰਚਾਰਕਾਂ, ਮਾਰੇ ਸੰਤਾਂ, ਉਹਨਾਂ ਨੇ ਬਿਲਕੁਲ ਵੀ ਕਦੇ ਉਹ ਨਹੀਂ ਸੋਚਿਆ, ਹੋਰ ਚੀਜ਼ਾਂ ਪਿੱਛਾ ਬਹੁਤ ਲੜ ਰਹੇ ਹਾਂ ਅਸੀਂ, ਮਾਰਾ ਪੰਥ ਆ ਖਾਲਸੇ ਦਾ ਰਾਜ ਆਵੇਗਾ। ਖਾਲਸੇ ਦਾ ਰਾਜ ਤਾਂ ਆਏਗਾ ਪਹਿਲਾਂ ਆਪਾਂ ਖਾਲਸ ਆਪਣੀ ਗੁਰਬਾਣੀ ਤਾਂ ਖਾਲਸ ਕਰ ਲਈਏ, ਆਪਣੀ ਗੁਰਬਾਣੀ ਕੇ ਵਿੱਚ ਤੇ ਤਾਂ ਪਹਿਲਾਂ ਜਿਹੜਾ ਮਿਲਗੋਬਾ ਕਰ ਰੱਖਿਆ ਜੋ ਕੱਢ ਲਈਏ, ਉਸ ਤੇ ਬਾਅਦ ਮੈਂ ਗੱਲ ਕਰਾਂਗੇ ਆਪਾਂ ਆਪਣੇ ਆਪ ਨੂੰ ਸੁਧਣ ਦੀ। ਪਹਿਲਾਂ ਆਪਾਂ ਜਿਹੜਾ ਪੜ੍ਹ ਰਹੇ ਹਾਂ ਆਪਾਂ ਨੂੰ ਜੋ ਹੀ ਨਹੀਂ ਪਤਾ ਵੀ ਆਪਾਂ ਗਲਤ ਪੜ੍ਹੀ ਜਾ ਰਹੇ ਹਾਂ। ਇਹ ਤਾਂ ਜੀ ਹਾਲਤ ਇੰਨੀ ਨਿਗਰੀ ਹੋਈ ਹੈ, ਜਿਹੜਾ ਕੋਈ ਇਹੋ ਜਿਹੀ ਪੰਕਤੀ ਲਿਖ ਦਿੰਦਾ ਹੈ ਜੇ ਉਹਦਾ ਕੋਈ ਰੌਲਾ ਪੈ ਜੇ ਫਿਰ ਤਾਂ ਉਹਨੂੰ ਪੰਥ ਤੋਂ ਛੇਕਣ ਜਾਂਦੇ ਨੇ, ਪਰ ਜਿਹੜਾ ਕੁਝ ਗਲਤ ਹੋ ਰਿਹਾ ਉਹ ਇਹਨਾਂ ਨੂੰ ਦਿਸਦਾ ਨਹੀਂ ਹੈ, ਸਾਰਾ ਕੁਝ ਹੋਈ ਜਾ ਰਿਹਾ। ਇੱਕ ਲੜਕੀ, ਉਹਦਾ ਨਾਮ ਮੈਨੂੰ ਵਿਸਰ ਗਿਆ, ਮੈਂ ਆਪਣੀ ਕਿਤਾਬ 'ਚੋਂ ਜ਼ਿਕਰ ਪਾਇਆ ਹੋਇਆ,
ਉਹਨੇ ਕਿਤੇ ਲੋਕਾਂ ਨੇ ਆਪਣੇ ਕਿਸੇ ਨੇ ਮੋਢੇ ਤੇ, ਕਿਸੇ ਨੇ ਹੱਥ ਤੇ, ਕਿਸੇ ਨੇ ਪਿੱਠ ਤੇ, ਆਮ ਰਿਵਾਜ਼ ਚੱਲਿਆ ਹੋਇਆ ਬੱਚੇ ਨੌਜਵਾਨਾਂ 'ਚ, ਉਹ ਲੜਕੀਆਂ ਵੀ ਲੜਕੇ ਵੀ ਟੈਟੂ ਬਣਾ ਲੈਂਦੇ ਨੇ, ਉਹ ਕਿਸੇ ਨੇ ਓਮ ਬਣਾ ਲਿਆ, ਕਿਸੇ ਨੇ ਗਣੇਸ਼ ਦੀ ਫੋਟੋ ਬਣਵਾ ਲਈ ਤੇ ਟੈਟੂਆਂ ਦੇ ਵਿੱਚ ਹੋਰ ਤਰ੍ਹਾਂ ਤਰ੍ਹਾਂ ਦੇ ਬਣਾ ਲਏ। ਉਸ ਲੜਕੀ ਨੇ ਆਪਣੀ ਪਿੱਠ ਦੇ ਉੱਤੇ ਇੱਕ ਓਂਕਾਰ ਬਣਵਾ ਲਿਆ ਤੇ ਉਹ ਕਿਤੇ ਆ ਗਈ ਗੱਲ ਅਖਬਾਰਾਂ ਦੇ ਵਿੱਚ, ਕਿਸੇ ਨੇ ਫੋਟੋ ਖਿੱਚ ਲਈ, ਕਿਉਂਕਿ ਉਹ ਫਿਲਮਾਂ 'ਚ ਕੰਮ ਕਰਨ ਵਾਲੀ ਲੜਕੀ ਆ, ਮਸ਼ਹੂਰ ਹੈ ਤੇ ਉਹਦਾ ਪਿਛੋਕੜ ਪੰਜਾਬ ਦੇ ਨਾਲ ਹੈ, ਤੇ ਉਹ ਕਹਿਣ ਲੱਗੀ ਫਿਰ ਮੈਂ ਹੋਰ ਕੁਛ ਨਹੀਂ ਪਵਾਉਂਦੀ, ਮੈਂ ਤਾਂ ਇੱਕ ਓਂਕਾਰ ਹੀ ਪਾਉਂਗੀ, ਇੱਕੋ ਰੱਬ ਨੂੰ ਮੰਨਦੀ ਹਾਂ ਮੈਂ ਤਾਂ। ਉਹਨੇ ਪਵਾ ਲਿਆ, ਜਦੋਂ ਅਖਬਾਰਾਂ 'ਚ ਆਈ ਫੋਟੋ ਤੇ ਛਪ ਗਈ, ਇਹਨਾਂ ਜਥੇਦਾਰਾਂ ਨੇ ਹੁਕਮਨਾਮੇ ਜਾਰੀ ਕਰਤੇ ਵੀ ਉਹ ਲੜਕੀ ਨੂੰ ਪੰਥ ਚੋਂ ਛੇਕਾਂਗੇ, ਅਕਾਲ ਤਖ਼ਤ ਤੇ ਬੁਲਾਵਾਂਗੇ, ਉਹਨੇ ਇਹ ਦੁਸ਼ਟ ਕੰਮ ਕੀਤਾ। ਤੇ ਮੈਂ ਆਪਣਾ ਇੱਕ ਲੰਮਾ ਲੇਖ ਆਪਣੇ ਅਖਬਾਰ ਸਪੋਕਸਮੈਨ 'ਚ ਵੀ ਛਪਾਇਆ ਸੀ, ਕਿਤਾਬਾਂ 'ਚ ਵੀ ਪਾਇਆ ਕਿ ਦੁਸ਼ਟੋ ਤੁਹਾਨੂੰ ਤਾਂ ਚੇਤਾ ਹੋਣਾ ਚਾਹੀਦਾ ਸੀ ਕਿ ਉਹ ਲੜਕੀ ਲੋਕਾਂ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਮੈਂ ਸਿੱਖ ਹਾਂ ਤੇ ਮੈਂ ਇਸ ਦਾ ਪ੍ਰਚਾਰ ਕਰੂੰਗੀ, ਤੁਸੀਂ ਕੌਣ ਹੁੰਦੇ ਹਟਾਉਣ ਵਾਲੇ। ਤੇ ਤੁਸੀਂ ਕਦੇ ਸੋਚ ਕੇ ਦੇਖੋ ਉਹ ਕੀ ਕਹਿੰਦੇ ਸੀ ਜਥੇਦਾਰ, ਕਹਿੰਦੇ ਉਹ ਤਾਂ ਜੀ ਫਿਲਮਾਂ 'ਚ ਅੱਧ ਨੰਗੀ ਹੋ ਕੇ ਨੱਚਦੀ ਹੈ, ਉਹ ਤਾਂ ਗਾਣੇ ਗਾਉਂਦੀ ਹੈ, ਉਹ ਤਾਂ ਐਂ ਕਰਦੀ ਹੈ, ਫਿਰ ਆ ਇੱਕ ਓਂਕਾਰ ਦੀ ਜਿਹੜੀ ਹੈ ਅਪਮਾਨ ਹੁੰਦਾ। ਮੈਂ ਉਹਨੂੰ ਇਹੀ ਸਵਾਲ ਕਰੇ ਕਿ ਜਿਹੜਾ ਮੇਰੇ ਦਿਮਾਗ ਦੇ ਵਿੱਚ ਗੁਰਬਾਣੀ ਮੈਨੂੰ ਜ਼ੁਬਾਨੀ ਯਾਦ ਹੈ ਪਰ ਫਿਰ ਵੀ ਮੈਂ ਚੋਰੀਆਂ ਕਰਦਾ, ਠੱਗੀਆਂ ਮਾਰਦਾ, ਝੂਠ ਬੋਲਦਾ, ਉਹ ਮੇਰੇ ਦਿਮਾਗ 'ਚ ਪਈ ਗੁਰਬਾਣੀ ਦਾ ਅਪਮਾਨ ਹੋ ਗਿਆ, ਫਿਰ ਤਾਂ ਤੁਹਾਡੇ ਖਿਆਲ ਦੇ ਮੁਤਾਬਕ। ਤੇ ਜਿਹੜੀ ਗੁਰਬਾਣੀ ਲੋਕਾਂ ਨੂੰ ਜ਼ੁਬਾਨੀ ਯਾਦ ਹੈ ਉਹ ਲੋਕ ਵੀ ਮਾੜੇ ਕੰਮ ਕਰ ਰਹੇ ਨੇ। ਤੇ ਇਸੇ ਤਰ੍ਹਾਂ ਇੱਕ ਪਾਸੇ ਗੱਡੀ ਦੇ ਵਿੱਚ ਟੇਪਾਂ ਦੇ ਉੱਤੇ ਰਿਕਾਰਡਰਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਲੱਗਿਆ ਹੋਇਆ ਤੇ ਦੂਜੇ ਪਾਸੇ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਗੱਡੀਆਂ ਦੇ ਵਿੱਚ ਤੇ ਸ਼ਰਾਬ ਪੀਂਦੇ ਜਾ ਰਹੇ ਨੇ ਤੇ ਦੂਜੇ ਪਾਸੇ ਗੁਰਬਾਣੀ ਦਾ ਕੀਰਤਨ ਵੀ ਹੋ ਰਿਹਾ ਤੇ ਗੱਡੀਆਂ ਮੋਟਰਾਂ 'ਚ ਬਾਬੇ ਨਾਨਕ ਦੀ ਨਕਲੀ ਭਾਵੇਂ ਕਹੀਏ ਗੁਰੂ ਗੋਬਿੰਦ ਸਿੰਘ ਦੀ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਪਰ ਗੱਡੀਆਂ 'ਚ ਮੋਟਰਾਂ 'ਚ ਜਾਂ ਘਰਾਂ 'ਚ ਅਸ਼ਲੀਲਤਾ ਵੀ ਫੈਲੀ ਹੋਈ ਹੈ। ਸ਼ਰਾਬਾਂ ਪੀਂਦੇ ਨੇ, ਗੰਦ ਪੱਟਦੇ ਨੇ, ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਤੇ ਉਦੋਂ ਤੁਹਾਡੀ ਜ਼ਬਾਨ ਨਹੀਂ ਖੁੱਲਦੀ, ਉਦੋਂ ਨਹੀਂ ਬੋਲਦੇ। ਉਸ ਲੜਕੀ ਨੇ ਜੇ ਆਪਣੇ ਪਿੱਠ ਦੇ ਉੱਤੇ ਉਹ ਇੱਕ ਓਂਕਾਰ ਖੁਦਵਾ ਲਿਆ ਤਾਂ ਇਹਦੇ 'ਚ ਕਿਹੜਾ ਪਾਪ ਹੋ ਗਿਆ? ਮੇਰੀ ਗੱਲ ਦਾ ਤਾਂ ਕੋਈ ਜਵਾਬ ਨਹੀਂ ਦਿੱਤਾ ਪਰ ਉਸ ਲੜਕੀ ਨੇ ਵਿਚਾਰੀ ਨੇ ਵੀ ਐਵੇਂ ਪਿੱਠ ਸਿਆਪਾ ਕਾਹਨੂੰ ਪਾਉਣਾ, ਉਹਨਾਂ ਨੇ ਆਪਣਾ ਪੈਸੇ ਵੀ ਦਿੱਤੇ, ਉਹ ਦੁਖੀ ਵੀ ਹੋਈ ਤੇ ਉਹ ਆਪਣੀ ਪਿੱਠ ਤੋਂ ਮਟਵਾਉਣਾ ਪਿਆ ਉਹਨੂੰ, ਇੰਨਾ ਸ਼ੋਰ ਮਚਾਇਆ ਇਹਨਾਂ ਨੇ। ਗੱਲ ਕੀ, ਇਹ ਜਿਹੜਾ ਲਾਣਾ ਹੈ ਸਾਡਾ ਇਹ ਪੁਜਾਰੀ ਤਬਕਾ ਬਣ ਚੁੱਕਿਆ। ਪੁਜਾਰੀ ਜਿਵੇਂ ਕਿ ਅੱਜ ਆਪਾਂ ਸਨਾਤਨ ਮਤ ਦੇ ਵਿੱਚ ਦੇਖ ਰਹੇ ਹਾਂ ਥਾਂ ਥਾਂ ਤੇ 33 ਕਰੋੜ ਦੇਵੀ ਦੇਵਤੇ ਜੇ ਕਹਿ ਲਈਏ ਤਾਂ ਉਹ ਵੀ ਘੱਟ ਨੇ। ਥਾਂ ਥਾਂ ਤੇ ਪੱਥਰ ਦਾ ਟੁਕੜਾ ਜਿਵੇਂ ਪੀ ਕੇ ਫਿਲਮ ਜਾਂ OMG ਜਾਂ ਹੁਣ ਇੱਕ ਫਿਲਮ ਆਈ ਹੈ ਨਵੀਂ ਮਹਾਰਾਜ, ਉਹਦੇ ਵਿੱਚ ਸਾਰਾ ਕੁਝ ਇਹੀ ਦੱਸਿਆ ਵੀ ਕਿਵੇਂ ਪੁਜਾਰੀ ਤਬਕਾ ਸਾਨੂੰ ਲੁੱਟ ਕੇ ਉੱਲੂ ਬਣਾ ਕੇ ਗਧਿਆਂ ਦੀ ਪੂਜਾ, ਘੋੜਿਆਂ ਦੀ ਪੂਜਾ, ਗਊ ਮੂਤਰ ਵੀ ਪੀ ਲਓ, ਗੋਬਰ ਵੀ ਖਾ ਲਓ, ਇਹ ਸਾਰਾ ਕੁਝ ਨਾਲੇ ਤਾਂ ਗੰਦ ਖਵਾ ਰਹੇ ਨੇ, ਗੰਦ ਪਿਲਾ ਰਹੇ ਨੇ ਤੇ ਨਾਲੇ ਸਾਨੂੰ ਲੁੱਟ ਰਹੇ ਨੇ। ਤੇ ਉਹਨਾਂ ਨੂੰ ਪਤਾ ਹੈ ਜੇ ਕਿਤੇ ਇਹਨਾਂ ਲੋਕਾਂ ਨੂੰ ਅਕਲ ਆ ਗਈ ਤੇ ਫਿਰ ਸਾਡੀ ਇਹ ਪੂਜਾ ਕਿਵੇਂ ਕਰਨਗੇ, ਸਾਨੂੰ ਧਨ ਦੌਲਤ ਫਿਰ ਕਿਵੇਂ ਦੇਣਗੇ? ਉਹ ਸਾਨੂੰ ਇਸੇ ਪਾਸੇ ਤੋਰ ਰਹੇ ਨੇ। ਇਹ ਪੁਜਾਰੀ ਤਬਕਾ ਉਹਨਾਂ ਜਿਵੇਂ ਫਿਲਮਾਂ 'ਚ ਦਿਖਾਇਆ ਉਹਨਾਂ 'ਚ ਇਹ ਸਾਡੇ ਵਾਲਾ ਉਹੀ ਕੁਛ ਕਰ ਰਹੇ ਹੈ ਕਿ ਜੇ ਲੋਕਾਂ ਨੂੰ ਅਕਲ ਆ ਗਈ ਇਹਨਾਂ ਨੂੰ ਸਮਾਜ ਨਾਲ ਕੋਈ ਮਤਲਬ ਨਹੀਂ, ਇਹਨਾਂ ਨੂੰ ਧਰਮ ਨਾਲ ਕੋਈ ਮਤਲਬ ਨਹੀਂ, ਆਪਣੇ ਢਿੱਡ ਭਰਨ ਨਾਲ ਮਤਲਬ ਹੈ। ਤੇ ਜੇ ਲੋਕਾਂ ਨੂੰ ਅਕਲ ਆ ਗਈ ਤਾਂ ਇਹਨਾਂ ਨੂੰ ਆਪ ਮਿਹਨਤ ਮਜ਼ਦੂਰੀ ਕਰਨੀ ਪਊਗੀ ਪੁਜਾਰੀ ਨੂੰ, ਤੇ ਫਿਰ ਸੜਕਾਂ ਤੇ ਮਿੱਟੀ ਪਾਉਣੀ ਪਊ, ਖੇਤਾਂ 'ਚ ਝੋਨਾ ਲਾਉਣਾ ਪਊ ਅਤੇ ਹੋਰ ਜਿਹੜੇ ਕੰਮ ਨੇ ਉਹ ਸਾਰੇ ਇਹਨਾਂ ਨੂੰ ਕਰਨੇ ਪੈਣਗੇ। ਅੱਜ ਤੁਸੀਂ ਦੇਖ ਲਓ ਪੁਜਾਰੀ ਤਬਕਾ ਸਫੇਦ ਕੱਪੜੇ ਸਾਫ਼ ਸੁਥਰੇ ਪਹਿਨ ਕੇ AC ਦੇ ਕੋਲੇ ਠੰਡੀ ਹਵਾ 'ਚ ਬੈਠਾ ਹੈ ਤੇ ਸਾਡੇ ਵਰਗੇ ਆਉਂਦੇ ਨੇ ਜਿਨ੍ਹਾਂ ਦੇ ਖੂਨ ਪਸੀਨਾ ਵਹਾ ਕੇ 2 ਪੈਸੇ ਕਮਾਏ ਨੇ ਤੇ ਆਪਣੇ ਮੂੰਹ ਦੇ ਵਿੱਚੋਂ, ਬਾਲ ਬੱਚਿਆਂ ਦੇ ਮੂੰਹ ਦੇ ਵਿੱਚੋਂ ਬਚਾ ਕੇ ਪੈਸਾ ਉੱਥੇ ਧਰਮ ਸਥਾਨ ਦੇ ਨਾਮ ਤੇ ਇਹਨਾਂ ਪੁਜਾਰੀਆਂ ਅੱਗੇ ਰੱਖ ਦਿੰਦੇ ਨੇ।
ਤੇ ਕਦੀ ਸੋਚੀਏ ਜੇ ਸਾਡੇ ਕੋਲ ਅਕਲ ਹੋਵੇ ਕੰਮ ਤਾਂ ਖੇਤਾਂ 'ਚ ਜਾਂ ਬਿਲਡਿੰਗਾਂ ਬਣਾਉਣ 'ਚ ਜਾਂ ਸੜਕਾਂ 'ਤੇ ਜਾਂ ਘਰਾਂ 'ਚ ਕੰਮ ਤਾਂ ਅਸੀਂ ਕੀਤਾ ਪਰ ਉਹ ਕਮਾਈ ਆਪਣੀ ਬਹੁਤ ਸਾਰੀ ਅਸੀਂ ਵਿਹਲੇ ਪੁਜਾਰੀ ਨੂੰ ਦੇ ਰਹੇ ਹਾਂ। ਭਾਈ ਜਿੱਦਾਂ ਸਾਨੂੰ ਅਕਲ ਆ ਗਈ ਉਹਨੂੰ ਧੇਲਾ ਨਹੀਂ ਦੇਵਾਂਗੇ, ਜੇ ਕੋਈ ਸਾਨੂੰ ਪਰੇਸ਼ਾਨ ਵੀ ਕਰੇਗਾ ਤਾਂ ਅਸੀਂ ਕਹਿ ਦਾਂਗੇ ਮੇਰੇ ਨਾਲ ਫੇਰ ਗੱਲ ਕਰੀ, ਪਹਿਲਾਂ ਮੇਰੇ ਬਰਾਬਰ ਆ ਮਿਹਨਤ ਮਜ਼ਦੂਰੀ ਕਰਕੇ ਵਿਖਾ ਤੈਨੂੰ ਫਿਰ ਦੱਸਾਂਗੇ। ਮੈਂ ਤਾਂ ਇੱਥੋਂ ਗਲੀ ਦੇ ਵਿੱਚੋਂ ਦੀ ਜਿਹੜੇ ਇਹੋ ਜਿਹੇ ਕੋਈ ਗੁੱਗੇ ਵਾਲਾ ਆ ਗਿਆ, ਕੋਈ ਗੁਰਦੁਆਰੇ ਵੱਲੋਂ ਆ ਗਿਆ, ਕੋਈ ਮੰਦਿਰ ਵੱਲੋਂ ਆ ਗਿਆ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਉਣ ਵਾਲੇ ਆ ਗਏ, ਜਦੋਂ ਆ ਕੇ ਕੁਝ ਉਗਰਾਹੀ ਨੂੰ ਗੱਲ ਕਰਦੇ ਨੇ ਮੈਂ ਪਹਿਲੀ ਇਸ਼ਾਰਾ ਕਰ ਦੇਣਾ ਵੀ ਤੁਰਦੇ ਬਣੋ। ਮੈਂ ਜਾਣਦਾ ਕਿ ਮੈਂ ਪੈਸਾ ਆਪਣਾ ਕਿੱਥੇ ਖਰਚ ਕਰਨਾ, ਤੁਹਾਨੂੰ ਇੱਕ ਧੇਲਾ ਨਹੀਂ ਦੇਵਾਂਗਾ। ਤੁਸੀਂ ਵਿਹਲੇ ਲੋਕ ਆਮ ਲੋਕਾਂ ਨੂੰ ਲੁੱਟ ਕੇ ਉਹਨਾਂ ਦੀ ਕਮਾਈ ਤੇ ਪੜ ਰਹੇ ਹੋ, ਮੈਂ ਇਹ ਕੰਮ ਨਹੀਂ ਕਰਾਂਗਾ। ਪਿਆਰਿਓ ਸਮਝਣ ਦਾ ਯਤਨ ਕਰੋ, ਇਹ ਪੁਜਾਰੀ ਤਬਕੇ ਨੂੰ ਅਸੀਂ ਇਹੋ ਜਿਹੇ ਬਣਾਇਆ, ਉਹਨਾਂ ਨੇ ਸਾਨੂੰ ਬੇਅਕਲ ਬਣਾ ਦਿੱਤਾ, ਅਸੀਂ ਉਹਨਾਂ ਨੂੰ ਅਕਲ ਦੀ ਘਾਟ ਦੇ ਕਾਰਨ ਮਾਲਾ ਮਾਲ ਬਣਾ ਦਿੱਤਾ। ਇੱਕ ਮੋਟੀ ਜੀ ਸਿੱਧੀ ਜੀ ਗੱਲ ਹੈ ਕਿ ਜੇ ਗਧੇ ਨੂੰ ਅਕਲ ਆ ਗਈ ਤਾਂ ਭਲਾ ਦੂਜਿਆਂ ਦਾ ਭਾਰ ਫਿਰ ਉਹ ਕਿਉਂ ਢੋਵੇਗਾ। ਇਸੇ ਕਰਕੇ ਗਧਾ ਵਿਚਾਰਾ ਲੋਕਾਂ ਦਾ ਭਾਰ ਢੋਂਦਾ ਫਿਰਦਾ ਪਰ ਉਹਨੂੰ ਤਾਂ ਉਸ ਭਾਰ ਢੋਣ ਦਾ ਕੋਈ ਫਾਇਦਾ ਨਹੀਂ, ਉਹਨੂੰ ਤਾਂ ਉਹੀ ਗਲਿਆ ਸੜਿਆ ਖਾਣਾ ਖੋਰ ਉਹ ਮਿਲਦਾ, ਉਹਨੂੰ ਚੰਗਾ ਖਾਣਾ ਵੀ ਨਹੀਂ ਮਿਲਦਾ। ਜੇ ਉਹਨੂੰ ਅਕਲ ਹੋਵੇ ਮਰ ਜਾਣਾ ਮਨਜ਼ੂਰ ਕਰ ਲਵੇ ਕਿ ਮੈਂ ਤੁਹਾਡਾ ਭਾਰ ਨਹੀਂ ਚੁੱਕਾਂਗਾ, ਮੈਂ ਤੁਹਾਨੂੰ ਆਪਣੀ ਪਿੱਠ ਤੇ ਨਹੀਂ ਬਹਿਣ ਦੇਵਾਂਗਾ। ਪਰ ਵਿਚਾਰੇ ਨੂੰ ਅਕਲ ਹੋਵੇ ਤਾਂ ਹੀ ਹੈ ਨਾ, ਤੇ ਸਾਡੀ ਹਾਲਤ ਪੁਜਾਰੀ ਤਬਕੇ ਨੇ ਉਹੀ ਕਰ ਦਿੱਤੀ। ਤਾਂ ਦਰਸ਼ਕੋ ਜਿਸ ਤਰ੍ਹਾਂ ਕਿ ਹੁਣ ਘੱਗਾ ਸਾਹਿਬ ਦੇ ਵਿਚਾਰ ਆਪਾਂ ਨੇ ਸੁਣੇ ਆ, ਮਾਰੀ ਗੁਰਬਾਣੀ ਹੈ ਜਿਹੜੀ ਮੇਰੇ ਗੁਰੂ ਸਾਹਿਬਾਨਾਂ ਕੀ ਲਿਖੀ ਹੋਈ ਗੁਰਬਾਣੀ ਹੈ ਜਿਹੜੀ, ਉਸਕੇ ਵਿੱਚ ਬਹੁਤ ਸਾਰੀ ਕੱਚੀ ਬਾਣੀ ਹੈ ਜਿਹੜੀ ਇੱਕ ਸੱਚੀ ਬਾਣੀ ਹੈ ਜਿਹੜੀ ਅਸਲ ਦੇ ਵਿੱਚ ਗੁਰੂ ਸਾਹਿਬਾਨਾਂ ਕੀ ਲਿਖੀ, ਪਰ ਇੱਕ ਕੱਚੀ ਬਾਣੀ ਹੈ ਜਿਹੜੀ ਕਿ ਗੁਰੂ ਸਾਹਿਬਾਨਾਂ ਕੇ ਵਿਰੋਧੀ ਲੋਕ ਜਿਹੜੇ ਕਿ ਗੁਰੂ ਅਰਜਨ ਦੇਵ ਜੀ ਕੇ ਕਹਿ ਲਈਏ ਕਿ ਵੱਡੇ ਭਰਾ ਤੇ ਉਹਨਾਂ ਕੇ, ਪਰ ਪ੍ਰੀਥੀ ਚੰਦ ਵਰਗੇ ਜਿਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਕੇ ਵਿੱਚ ਵੀ ਆਪਣਾ ਰੋਲ ਅਦਾ ਕਰਿਆ, ਔਰ ਉਸ ਤੋਂ ਬਾਅਦ ਮਾ ਵੀ ਬਹੁਤ ਸਾਰਾ ਸਮਾਂ ਗੁਰੂ ਸਾਹਿਬਾਨਾਂ ਦਾ ਵਿਰੋਧ ਕਰਿਆ, ਤਕਰੀਬਨ 50 ਸਾਲ ਕਹਿ ਲਈਏ ਵੀ 50-60 ਸਾਲ ਆ ਜਿਹੜਾ ਕਬਜ਼ਾ ਕਰਕੇ ਰੱਖਿਆ ਹਰਿਮੰਦਰ ਸਾਹਿਬ ਦੇ ਉੱਪਰ ਹਰਜੀ ਨੇ, ਜਿਹੜਾ ਪ੍ਰੀਥੀ ਚੰਦ ਦਾ ਪੋਤਾ ਦਾ ਉਸਨੇ ਹਰਿਮੰਦਰ ਸਾਹਿਬ ਦੇ ਉੱਪਰ ਕਬਜ਼ਾ ਕਰਕੇ ਰੱਖਿਆ। ਗੁਰੂ ਅਰਜਨ ਦੇਵ ਸਾਹਿਬ ਤੋਂ ਬਾਅਦ ਜਿਹੜੇ ਵੀ ਗੁਰੂ ਸਾਹਿਬਾਨ ਉੱਥੇ ਆਉਣ ਕੀ ਕੋਸ਼ਿਸ਼ ਕਰੇ ਤੇ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਐਂਟਰ ਵੀ ਨਹੀਂ ਹੋਣ ਦਿਆ। ਸੋ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਹਮੇਸ਼ਾ ਸਿੱਖਾਂ ਦੀ ਗੱਲ ਹੁੰਦੀਆਂ ਰਹੀਆਂ ਪਰ ਅੱਜ ਕੇ ਸਮੇਂ ਵੀ ਹੋ ਰਹੀਆਂ, ਲੋੜ ਉਹਨਾਂ ਨੂੰ ਜਾਗਣ ਕੀ। ਬਾਕੀ ਘੱਗਾ ਸਾਹਿਬ ਦੇ ਜਿਹੜੇ ਵਿਚਾਰ ਆਪਾਂ ਨੇ ਸੁਣੇ ਆ, ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਵਿਚਾਰ, ਤੁਸੀਂ ਕਮੈਂਟ ਬਾਕਸ ਮਾ ਆਪਣੀ ਰਾਏ ਦੇਣਾ ਨਾ ਭੁੱਲਿਓ। ਜੁੜੇ ਰਹੋ ਬਾਅਦ ਬਾਬੀ ਕੀ ਗੱਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।